ਹਾਂਜੀ ਗੁੱਡ ਇਵਨਿੰਗ ਸਾਰੇ ਬੱਚਿਆਂ ਨੂੰ ਸਟਾਰਟ ਕਰਦੇ ਆ ਆਪਣੀ ਪੰਜਾਬ ਜੀਕੇ ਦੀ ਕਲਾਸ ਕਲਾਸ ਨੂੰ ਸਭ ਤੋਂ ਪਹਿਲਾਂ ਸਾਰੇ ਬੱਚੇ ਸ਼ੇਅਰ ਕਰ ਦਿਓ ਬਈ ਸਾਰੇ ਬੱਚੇ ਕਲਾਸ ਨੂੰ ਸ਼ੇਅਰ ਕਰ ਦਿਓ ਸਟਾਰਟ ਕਰਦੇ ਆ ਆਪਣੀ ਪੰਜਾਬ ਜੀਕੇ ਦੀ ਕਲਾਸ ਹਾਂਜੀ ਅੱਜ ਦੀ ਕਲਾਸ ਵਿੱਚ ਕੀ ਇੰਪੋਰਟੈਂਟ ਰਹਿਣ ਵਾਲਾ ਬੇਟੇ ਉਹ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲੇ ਕੁਐਸਚਨ ਤੋਂ ਕਲਾਸ ਨੂੰ ਸ਼ੇਅਰ ਕਰ ਦਿਓ ਸਾਰੇ ਬੱਚੇ ਲਾਈਕ ਕਰ ਦਿਓ ਸਾਰੇ ਬੱਚੇ ਸ਼ੇਅਰ ਕਰ ਦਿਓ ਠੀਕੇ ਤੇ ਸਟਾਰਟ ਕਰਦੇ ਆ ਫਿਰ ਆਪਾਂ ਪੰਜਾਬ ਜੀਕੇ ਦੀ ਕਲਾਸ ਨੰਬਰ ਅੱਜ ਕਿੰਨਾ ਆਪਣੇ ਕੋਲ ਕਲਾਸ ਨੰਬਰ ਹੈਗਾ ਬੇਟਾ ਆਪਣੇ ਕੋਲ 20 ਨੰਬਰ ਕਲਾਸ ਹੈ 20 ਨੰਬਰ ਕਲਾਸ ਹੈ ਇਸ ਤੋਂ ਪਹਿਲਾਂ ਆਲਰੇਡੀ ਆਪਣੀਆਂ 19 ਕਲਾਸਾਂ ਲੱਗ ਚੁੱਕੀਆਂ ਨੇ ਅੱਜ ਆਪਣੀ ਕਿੰਨੀ ਬੱਚੇ ਅੱਜ ਆਪਣੀ ਕਲਾਸ ਨੰਬਰ ਕਿੰਨਾ ਹੈ ਅੱਜ ਆਪਣਾ ਕਲਾਸ ਨੰਬਰ 20 ਹੈ ਠੀਕ ਹੈ ਸਭ ਤੋਂ ਪਹਿਲਾ ਕੁਐਸਚਨ ਦੇਖੋ ਬਈ ਕੀ ਹੈ ਉਹਨਾਂ ਕਹਿੰਿਆ ਇਹਨਾਂ ਚੋਂ ਕਿਹੜੀ ਡਿਸਟ੍ਰਿਕਟ ਹੈ ਕਿਹੜਾ ਜ਼ਿਲ੍ਹਾ ਹੈ ਜਿਹੜਾ ਕਿ ਪਹਾੜੀ ਖੇਤਰ ਵਿੱਚ ਸਥਿਤ ਨਹੀਂ ਹੋਏਗਾ ਜਿਹੜਾ ਕਿ ਪਹਾੜੀ ਖੇਤਰ ਵਿੱਚ ਨਹੀਂ ਹੈਗਾ ਬੱਚੇ ਸਤਿਤਥ ਨਹੀਂ ਹੈਗਾ ਹੁਸ਼ਿਆਰਪੁਰ ਨਹੀਂ ਹੈਗਾ ਕਪੂਰ ਆਪਣਾ ਗੁਰਦਾਸਪੁਰ ਨਹੀਂ ਹੈਗਾ ਰੋਪੜ ਨਹੀਂ ਹੈਗਾ ਜਾਂ ਜਲੰਧਰ ਨਹੀਂ ਹੈਗਾ ਕੁਐਸਚਨ ਉਹਨਾਂ ਨੇ ਇਹ ਪੁੱਛਿਆ ਵੀ ਕਿਹੜਾ ਜ਼ਿਲ੍ਹਾ ਹਿੱਲੀ ਏਰੀਆ ਦੇ ਵਿੱਚ ਨਹੀਂ ਹੈਗਾ ਬੇਟਾ ਮੇਰੇ ਹਿੱਲੀ ਏਰੀਆ 'ਚ ਨਹੀਂ ਹੈਗਾ ਕਿਹੜਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਹੈ ਜਿਹੜਾ ਹਿੱਲੀ ਏਰੀਆ 'ਚ ਨਹੀਂ ਹੈਗਾ ਦੱਸੋ ਬਈ ਹਿੱਲੀ ਏਰੀਆ 'ਚ ਨਹੀਂ ਹੈਗਾ ਜਲਦੀ ਜਲਦੀ ਅਲਗ-ਗਲ ਕੁਐਸਚਨ ਆਉਣਗੇ ਅਲਗ-ਗਲ ਤੁਸੀਂ ਅਨਸਰ ਦਿਓਗੇ ਠੀਕ ਹੈ ਤੁਹਾਡੇ ਕੁਐਸਚਨ ਨੂੰ ਸਲਾਮ ਹੋਵੇਗੀ ਵੀ ਤੁਸੀਂ ਬਹੁਤ ਅਨਵਧੀਆ ਅਨਸਰ ਦੇ ਰਹੇ ਹੋ ਬੱਚੇ ਦੇ ਰਹੇ ਨੇ ਬੱਚੇ ਨੇ ਕਿਹਾ ਸਰ ਏ ਆਵੇਗਾ ਦੂਜਾ ਕਹਿੰਦਾ ਸਰ ਬੀ ਆਵੇਗਾ ਤੀਜਾ ਕਹਿੰਦਾ ਸਰ ਡੀ ਆਵੇਗਾ ਤੇ ਚੌਥਾ ਪੁੱਤ ਕਿਉਂ ਬਚਿਆ ਹੋਇਆ ਹੈ ਚੌਥਾ ਜਿਹੜਾ ਹੈਗਾ ਉਹ ਵੀ ਕਹਿ ਦੋ ਸਰ ਸੀ ਆਵੇਗਾ ਸੀ ਵਾਲਾ ਵੀ ਕੋਈ ਆ ਜਾਓ ਦੱਸੋ ਵੀ ਕਿਹੜਾ ਆਵੇਗਾ ਬੱਚੇ ਪਹਾੜੀ ਖੇਤਰ ਦੀ ਗੱਲ ਹੋ ਰਹੀ ਏ ਹਿੱਲੀ ਏਰੀਆ ਹਿੱਲੀ ਏਰੀਆ ਦੇ ਵਿੱਚ ਨਹੀਂ ਹੈਗਾ ਠੀਕ ਹੈ ਆਪਾਂ ਗੱਲ ਕਰਨੀ ਆ ਹਿੱਲੀ ਏਰੀਆ ਦੂਜਾ ਕੀ ਹੁੰਦਾ ਹੈ ਪਲੇਨ ਏਰੀਆ ਪਲੇਨ ਏਰੀਆ ਦੇ ਵਿੱਚ ਕਿਹੜਾ ਹੈਗਾ ਜ਼ਿਲ੍ਹਾ ਉਹ ਆਪਣੇ ਕੋਲ ਹੈਗਾ ਬੱਚੇ ਜਲੰਧਰ ਹੈਗਾ ਹੈ ਕਿਹੜਾ ਹੋਵੇਗਾ ਜਲੰਧਰ ਜਿਹੜਾ ਜਲੰਧਰ ਹੈਗਾ ਜਲੰਧਰ ਪਲੇਨ ਏਰੀਆ 'ਚ ਨਹੀਂ ਹੈਗਾ ਪਲੇਨ ਏਰੀਆ 'ਚ ਹੈਗਾ ਬਾਕੀ ਤਿੰਨੋਂ ਜਿਹੜੇ ਹੈਗੇ ਨੇ ਬੱਚੇ ਉਹ ਹਿੱਲੀ ਏਰੀਏ ਦੇ ਵਿੱਚ ਨੇ ਤੁਸੀਂ ਮੈਪ ਦੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਇਹ ਤਿੰਨੋਂ ਡਿਸਟ੍ਰਿਕਟ ਹੁਸ਼ਿਆਰਪੁਰ ਗੁਰਦਾਸਪੁਰ ਤੇ ਰੋਪੜ ਤਿੰਨੋਂ ਹਿੱਲੀ ਏਰੀਏ ਦੇ ਨਾਲ ਲੱਗਦੇ ਇਹ ਡਿਸਟ੍ਰਿਕਟ ਨੇ ਠੀਕ ਹੈ ਐਂਡ ਜਲੰਧਰ ਨਹੀਂ ਹੈਗਾ ਬਟ ਜਲੰਧਰ ਇਜ਼ ਦਾ ਰਾਈਟ ਆਨਸਰ ਜਲੰਧਰ ਜਿਹੜਾ ਉਹ ਰਾਈਟ ਆਨਸਰ ਹੋਵੇਗਾ ਠੀਕ ਹੈ ਠੀਕ ਹੈ ਹਾਂ ਸਹੀ ਗੱਲ ਹੈ ਗੁਰੀ ਗੁਰੀ ਨੇ ਸਹੀ ਗੱਲ ਕਹੀ ਕਹਿੰਦੀ ਜਲੰਧਰ ਹੀ ਕੋਈ ਦੇ ਦਿਓ ਕਿਉਂ ਤੁਸੀਂ ਜਲੰਧਰ ਨਹੀਂ ਦਿੰਦੇ ਪਏ चलो नेक्स्ट क्वेश्चन देखो भाई नेक्स्ट क्वेश्चन की आएगा दसो नेक्स्ट क्वेश्चन नेक्स्ट क्वेश्चन की आएगा नेक्स्ट क्वेश्चन दसो uh, हाँ जी सब तो घट आबादी वाला सब तो घट आबादी वाला बच्चे सब तो घट आबादी वाला ਮੁਖਸਰ ਸਾਹਿਬ ਆਵੇਗਾ? ਸ਼੍ਰੀ ਮੁਖਸਰ ਸਾਹਿਬ ਆਵੇਗਾ ਕਿ ਹੋਰ ਕੋਈ ਆਵੇਗਾ ਬੱਚੇ? ਕਿਹੜਾ ਆਵੇਗਾ? ਸ਼੍ਰੀ ਮੁਖਸਰ ਸਾਹਿਬ ਆਵੇਗਾ ਕਿ ਕੋਈ ਹੋਰ ਆਵੇਗਾ? ਸੈਸ਼ਨ ਨੂੰ ਸ਼ੇਅਰ ਕਰ ਦਿਓ ਯਾਰ, ਲਾਈਕ ਕਰ ਦਿਓ ਸਾਰੇ ਬੱਚੇ। ਠੀਕ ਏ? ਉਹਨਾਂ ਚਿਰ ਮੈਂ ਇੱਕ ਆਪਣਾ ਕਰਨਾ ਦੱਸਾਂ ਤੁਹਾਨੂੰ ਇੱਕ ਆਨਸਰ ਦਾ ਸਹੀ ਜਿਹਾ ਆਨਸਰ ਇਹਦਾ। ਹਾਂਜੀ। आएगा मुक्तर ही आएगा बच्चे श्री मुक्तसर साहब आएगा की आएगा हाँ जी की आएगा श्री मुक्तसर साहब आएगा बिल्कुल सही है श्री मुक्तसर साहब आएगा चलो नेक्स्ट क्वेश्चन भाई इन गुरदासपुर गुरदास ਪੋਰਟ ਵਿੱਚ ਦੇ ਕਿਹੜੀ ਸਿਟੀ ਦੇ ਵਿੱਚ ਬੇਟਾ ਜਿਹੜੀ ਹੈਗੀ ਆਪਣੇ ਕੋਲ ਕਾਰਟੇਸ ਇੰਡਸਟਰੀ ਹੈਗੀ ਹੈ ਦੱਸੋ ਬਈ ਕਿਹੜੀ ਆਪਣਾ ਗੁਰਦਾਸਪੁਰ ਦੇ ਵਿੱਚ ਸ਼ਹਿਰ ਹੈ ਉਥੇ ਕਾਰਟੇਸ ਇੰਡਸਟਰੀ ਹੈਗੀ ਜਲਦੀ ਜਲਦੀ ਸ਼ੇਅਰ ਨੂੰ ਸ਼ੇਅਰ ਕਰ ਦਿਓ ਬਈ ਲਾਈਕ ਕਰ ਦਿਓ ਪੁੱਤ ਮੇਰੇ ਜਲਦੀ ਜਲਦੀ 3 ਦਾ ਆਨਸਰ ਦੇ ਦਿਓ ਜਲਦੀ ਆਪਾਂ ਅਨਸਲਾਈਏ ਕਿੱਥੇ ਹੈਗੀ ਹੈ ਬਟਾਲਾ ਹੈਗੀ ਹੈ ਬਿਲਕੁਲ ਸਹੀ ਹੈ ਬਟਾਲਾ ਬਟਾਲਾ ਬਿਲਕੁਲ ਸਹੀ ਨੈਕਸਟ ਕੁਐਸਚਨ ਤੇ ਆ ਜਾਓ ਨੈਕਸਟ ਕੁਐਸਚਨ ਕਿਹੜਾ ਹੈ ਡਿਸਟ੍ਰਿਕਟ ਤਰਨਤਾਰਨ ਜਿਸ ਡਿਸਟ੍ਰਿਕਟ ਤਰਨਤਾਰਨ ਕਿਹੜੀ ਡਿਸਟ੍ਰਿਕਟ ਵਿੱਚੋਂ ਆ ਜਿਹੜਾ ਡਿਸਟ੍ਰਿਕਟ ਤਰਨਤਾਰਨ ਅਲੱਗ ਹੋਇਆ ਸੀ ਅਮਰਸਰ ਦੇ ਵਿੱਚੋਂ ਤਾਂ ਕਦੋਂ ਕੱਟ ਕੱਢਿਆ ਗਿਆ ਕਦੋਂ ਕੱਢਿਆ ਗਿਆ ਜਲਦੀ ਜਲਦੀ ਬਈ ਦੱਸੋ ਕਦੋਂ ਕੱਢਿਆ ਗਿਆ ਡਿਸਟ੍ਰਿਕਟ ਤਰਨਤਾਰਨ ਅਮਰਸਰ ਦੇ ਵਿੱਚੋਂ ਕਦੋਂ ਕੱਢਿਆ ਗਿਆ ਸੀ ਬਟਾਲਾ 25ਵਾਂ ਜ਼ਿਲ੍ਹਾ ਬਣੇਗਾ ਚਲੋ ਹੋਪਸੋ ਬਣ ਜੇ ਵਧੀਆ ਗੱਲ ਹੈ ਤੇ ਚੌਵਾਂ ਕਿਹੜਾ ਬਣਾਉਗੇ ਬਾਈ ਗੁਰੀ चौ, 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 24 24ਵਾਂ ਜ਼ਿਲ੍ਹਾ ਕਿਹੜਾ ਆਵੇਗਾ ਕੋਈ ਦੱਸ ਦੋ ਬਈ 25 ਤੇ ਪਹੁੰਚ ਕੇ ਤੁਸੀਂ 24 ਵਿੱਚ ਰਹਿ ਗਿਆ 24 ਕਿਹੜਾ ਆਵੇਗਾ 24 ਕਿਹੜਾ ਆਵੇਗਾ ਬੇਟਾ ਪਾਲਿਓ ਮਾਨ ਸੋ 24ਵਾਂ ਜ਼ਿਲ੍ਹਾ ਵੀ ਬਣਨਾ ਜੇ ਕਿਉਂ ਤੂੰ ਸਿੱਧਾ ਹੀ 25ਵੇਂ ਤੇ ਆਉਂਗੀ ਹਵਾ ਬਣ ਕੇ ਆਲਾ ਕੰਮ ਨਾ ਕਰਿਆ ਕਰੋ ठीक है आराम नाल चलिया करो आराम चलिया करो बचे कि आएगा दो हज़ार से अठा बनिया कदों बनया कि दो हज़ार अठ बनया चीज़ें इंपोर्टेंट ने कदों बनिया दो हज़ार अठ इस रइट आंसर ठीक है दो हज़ार अठ बनिया ये चीज़ इंपोर्टेंट ठीक है चलो भाई नैक्सट क्वेश्चन अगर मैं गल करा अगर मैं गल करा बच्चे जोड़ा तरन तारण किनवीं डिस्ट्रिक है तरन तारण किन्नी डिस्ट्रिक दसो ਤਰਨਤਾਰਨ ਕਿੰਵੀਂ ਡਿਸਟ੍ਰਿਕਟ ਹੈ ਤਰਨਤਾਰਨ ਪੰਜਾਬ ਦੀ ਕਿੰਵੀਂ ਡਿਸਟ੍ਰਿਕਟ ਹੈ ਬੋਤੇ ਦੱਸੋ ਮੈਨੂੰ ਪਹਿਲਾਂ ਮਾੜਾ ਆ ਬਾਕੀ ਆਪਾਂ ਅੱਗੇ ਵੱਧਨੇ ਆ ਤਰਨਤਾਰਨ ਕਿੰਵੀਂ ਪੰਜਾਬ ਦੀ ਡਿਸਟ੍ਰਿਕਟ ਹੈ ਇਹ ਪੰਜਾਬ ਦੀ 19ਵੀਂ ਡਿਸਟ੍ਰਿਕਟ ਹੈ ਭਈ ਪੰਜਾਬ ਦੀ 19ਵੀਂ ਡਿਸਟ੍ਰਿਕਟ ਹੈ ਤਰਨਤਾਰਨ 20ਵੀਂ ਕਿਹੜੀ ਹੈ ਬਰਨਾਲਾ ਨੋਟ ਕਰ ਲਓ ਭਈ 20ਵੀਂ ਕਿਹੜੀ ਹੈ ਬਰਨਾਲਾ ਅਗਰ ਮੈਂ ਅਗਰ ਮੈਂ ਅਗਰ ਮੈਂ ਗੱਲ ਕਰਾਂ 20ਵੀਂ ਕਿਹੜੀ ਹੈ ਉਹ ਹੈਗੀ ਹੈ ਬਰਨਾਲਾ ਨੋਟ ਕਰ ਲਓ ਭਈ ਬਰਨਾਲਾ ਅਗਰ ਮੈਂ ਗੱਲ ਕਰਾਂ 18ਵੀਂ ਕਿਹੜੀ ਹੈ 18ਵੀਂ ਕਿਹੜੀ ਬੱਚੇ ਮੁਹਾਲੀ 18ਵੀਂ ਕਿਹੜੀ ਹੈ ਉਹ ਹੈਗੀ ਹੈ ਮੁਹਾਲੀ ਇਹ ਚੀਜ਼ਾਂ ਨੋਟ ਕਰ ਲਓ 18ਵੀਂ ਮੁਹਾਲੀ 19ਵੀਂ ਹੈਗੀ ਹੈ ਤਰਨਤਾਰਨ 20ਵੀਂ ਹੈਗੀ ਹੈ ਆਪਣੇ ਕੋਲ ਬਰਨਾਲਾ ਠੀਕ ਹੈ ਜੇ ਨੈਕਸਟ ਕੁਐਸਚਨ ਤਾਂ ਆਪਾਂ ਫੁੱਟਬਾਲ ਦੀ ਨਰਸਰੀ ਕਿਹਨੂੰ ਕਹਿੰਦੇ ਆ ਫੁੱਟਬਾਲ ਦੀ ਨਰਸਰੀ ਕਿਹਨੂੰ ਕਹਿੰਦੇ ਆ ਜਿੱਥੇ ਲਗਭਗ 200 ਤੋਂ ਜ਼ਿਆਦਾ ਪਲੇਅਰ ਜਿਹੜੇ ਨੇ ਨੈਸ਼ਨਲ ਐਂਡ ਇੰਟਰਨੈਸ਼ਨਲ ਖੇਡਦੇ ਪੈਣੇ ਦੱਸੋ ਭਾਈ ਕਿਹੜਾ ਆਵੇਗਾ ਸੋ ਵੀ ਕਿਹੜਾ ਆਵੇਗਾ ਭਾਈ ਜਲਦੀ ਜਲਦੀ ਆਈ ਥਿੰਕ ਸੰਸਾਰਪੁਰ ਹੌਕੀ ਦਾ ਬੇਟਾ ਸੰਸਾਰਪੁਰ ਹੌਕੀ ਦਾ ਹੈ ਆਪਾਂ ਗੱਲ ਕਰ ਰਹੇ ਆਂ ਫੁੱਟਬਾਲ ਦੀ ਇੱਥੇ ਸੰਸਾਰਪੁਰ ਹੌਕੀ ਦਾ ਹੈ ਆਪਾਂ ਫੁੱਟਬਾਲ ਦੀ ਗੱਲ ਕਰ ਰਹੇ ਆਂ ਬੇਟਾ ਫੁੱਟਬਾਲ ਦੀ ਗੱਲ ਕਰ ਰਹੇ ਆਂ ਫੁੱਟਬਾਲ ਦੀ ਗੱਲ ਕਰ ਰਹੇ ਆਂ ਸੰਸਾਰਪੁਰ ਹੌਕੀ ਦਾ ਹੈ ਜਲਦੀ ਅੱਗੇ ਟੋਏ ਹੁੰਦੇ ਨੇ ਪੁੱਤ ਮੇਰਾ ਜਲਦੀ ਅੱਗੇ ਟੋਏ ਹੁੰਦੇ ਨੇ ਆਪਾਂ ਫੁੱਟਬਾਲ ਦੀ ਗੱਲ ਕੀਤੀ ਏ ਫੁੱਟਬਾਲ ਦਾ ਕਿਹੜਾ ਆਵੇਗਾ ਫੁੱਟਬਾਲ ਦਾ ਆਪਣੇ ਕੋਲ ਆਵੇਗਾ ਕਿਹੜਾ ਆਵੇਗਾ ਬੱਚੇ ਮਹਿਲਪੁਰ ਆਵੇਗਾ ਮਹਿਲਪੁਰ ਕਿਹੜੀ ਡਿਸਟ੍ਰਿਕਟ 'ਚ ਗੁਰਦਾਸਪੁਰ ਡਿਸਟ੍ਰਿਕਟ 'ਚ ਗੁਰਦਾਸਪੁਰ ਡਿਸਟ੍ਰਿਕਟ 'ਚ ਪੈ ਜਾਂਦਾ ਨਾ ਕਿ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਪੈਂਦਾ ਜਲਦੀ ਦੱਸੋ ਮਹਿਲਪੁਰ ਕਿਹੜੀ ਡਿਸਟ੍ਰਿਕਟ 'ਚ ਪੈਂਦਾ ਮਹਿਲਪੁਰ ਪੈਂਦਾ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਪੈਂਦਾ ਮਹਿਲਪੁਰ ਠੀਕ ਹੈ ਚਲੋ ਬਈ ਸੰਸਾਰਪੁਰ ਜਲੰਧਰ ਪੈਂਦਾ ਯਾਰ ਆ ਦੱਸੋ ਬਈ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੁਣ ਘੱਟ ਆਬਾਦੀ ਵਾਲਾ ਪਹਿਲਾਂ ਸੀ ਕਿੰਨਾ ਵਾਲ ਹੋਣ ਗਿਆ ਘੱਟ ਆਬਾਦੀ ਵਾਲਾ ਪਹਿਲਾਂ ਡੈਂਸਿਟੀ ਦੇ ਉੱਪਰ ਸੀ ਹੁਣ ਘੱਟ ਆਬਾਦੀ ਵਾਲਾ ਜ਼ਿਲ੍ਹਾ ਬੱਚੇ ਕਿਹੜਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੈਗਾ ਮੁਕਸਰ ਮਾਨਸਾ ਐਸ ਬੀ ਐਸ ਨਗਰ ਜਾਂ ਬਰਨਾਲਾ ਘੱਟ ਆਬਾਦੀ ਪਾਪੂਲੇਸ਼ਨ ਦੀ ਗੱਲ ਹੋ ਰਹੀ ਹੈ ਬੱਚੇ ਪਾਪੂਲੇਟਿਡ ਸਿਟੀ ਮੀਨਸ ਆਬਾਦੀ ਕਿਸ ਚੀ ਦੀ ਗੱਲ ਹੋ ਰਹੀ ਹੈ ਆਬਾਦੀ ਦੀ ਗੱਲ ਹੋ ਰਹੀ ਹੈ ਆਬਾਦੀ ਕਿੱਥੇ ਆ ਬਰਨਾਲੇ ਕਿੱਥੇ ਬਰਨਾਲੇ ਬਰਨਾਲੇ ਪੰਜਾਬ ਦੀ ਕਿੰਵੀਂ ਜਿਲ੍ਹਾ ਹੈ 20ਵਾਂ ਜਿਲ੍ਹਾ ਹੈ ਜਿਹੜਾ ਕਿ ਸੰਗਰੂਰ ਤੋਂ ਕੱਟ ਕੇ ਜਿਲ੍ਹਾ ਬਣਿਆ ਸੀਗਾ ਚਲੋ ਬਈ ਨੈਕਸਟ ਕੁਐਸਚਨ ਵਿਚ ਡਿਸਟ੍ਰਿਕਟ ਕਿਹੜੀ ਡਿਸਟ੍ਰਿਕਟ ਨੂੰ ਕਿਹੜੀ ਡਿਸਟ੍ਰਿਕਟ ਵਿੱਚ ਕਹਦੋ ਵੀ ਆ ਆਪਣੇ ਕੀ ਕਹਿੰਦੇ ਨੇ ਉਹ ਇਵਨ ਇਵਨ ਬਤੂਤਾ ਇਵਨ ਬਤੂਤਾ ਦੀ ਲਿਖਤਾ ਮਿਲਦੀਆਂ ਨੇ ਦੱਸੋ ਵੀ ਕਿਹੜਾ ਹੋਵੇਗਾ ਇਵਨ ਬਤੂਤਾ ਇਹ ਰਾ ਹੈਗੇ ਨੇ ਆ ਐਂਸ਼ੀਅਨ ਵੇਲੇ ਦੀ ਗੱਲ ਹੋ ਰਹੀਏ ਉਦੋਂ ਦੀਆਂ ਇੱਕ ਲਿਖਤਾ ਮਿਲਦੀਆਂ ਨੇ ਕਿੱਥੇ ਕਿਹੜੀ ਦੀ ਗੱਲ ਹੋ ਰਹੀਏ ਬੱਚੇ 7ਵੇਂ ਦਾ ਡੀ 7ਵੇਂ ਦਾ ਸਤਵੇਂ ਦੇ ਲਾ ਰਹੇ ਬੁੱਤ ਸਤਵੇਂ ਦਾ ਏ ਆਨਸਰ ਆਏਗਾ ਬਠਿੰਡੇ ਤੋਂ ਮਿਲਦੀਆਂ ਨੇ ਨੈਕਸਟ ਕੁਐਸਚਨ ਫਰੀਦਕੋਟ ਵਾਸ ਫਰੀਦਕੋਟ ਕਦੋਂ ਬਣਿਆ ਫਰੀਦਕੋਟ ਕਦੋਂ ਬਣਿਆ ਬਈ ਜਲਦੀ ਦੱਸੋ ਫਰੀਦਕੋਟ ਕਦੋਂ ਬਣਿਆ ਫਰੀਦਕੋਟ ਕਦੋਂ ਬਣਿਆ ਬਾਈ ਜਲਦੀ ਜਲਦੀ ਵਿਕਰਮਗੜ ਹਾਂ ਜੀ ਹਾਂ ਜੀ ਬਠਿੰਡਾ ਚ ਹੈਗਾ ਵਿਕਰਮਗੜ ਬਿਲਕੁਲ ਸਹੀ ਹੈ ਬਠਿੰਡਾ ਸਹੀ ਬਿਲਕੁਲ ਸਹੀ ਹੈ ਆਹ ਵਾਲ ਦੱਸੋ ਬਾਈ ਫਰੀਦਕੋਟ ਕਿਹੜੇ ਜ਼ਿਲ੍ਹੇ ਕਿਹੜੇ ਜ਼ਿਲ੍ਹੇ ਤੋਂ ਕੱਟ ਕੇ ਬਣਿਆ ਸੀ ਫਰੀਦਕੋਟ ਵੈਸੇ 2006 ਚ ਬਣਿਆ ਫਰੀਦਕੋਟ ਤੁਸੀਂ ਕਹਿ ਰਹੇ ਹੋ 2006 ਚ ਬਣਿਆ ਫਰੀਦਕੋਟ ਮੈਨੂੰ ਨਹੀਂ ਲੱਗਦਾ ਯਾਰ ਫਰੀਦਕੋਟ 2006 ਚ ਬਣਿਆ ਹੋਵੇ ਫਰੀਦਕੋਟ ਪਹਿਲਾਂ ਦਾ ਹੈ ਫਰੀਦਕੋਟ ਮੈਨੂੰ ਲੱਗਦਾ ਪਹਿਲਾਂ ਦਾ ਹੈ ਪਤਾ ਨਹੀਂ ਕਿਉਂ ਲੱਗਦਾ ਫਰੀਦਕੋਟ ਪਹਿਲਾਂ ਦਾ ਹੈ ਫਰੀਦਕੋਟ ਨਹੀਂ ਬਣਿਆ ਯਾਰ ਨਾ 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 ਫਰੀਦਕੋਟ 2006 ਦੇ ਵਿੱਚ ਨਹੀਂ ਬਣਿਆ ਮੈਨੂੰ ਲੱਗਦਾ ਗਲਤ ਹੈ ਆ 2006 ਚ ਨਹੀਂ ਬਣਿਆ ਕਿਹੜੇ ਜ਼ਿਲ੍ਹੇ ਤੋਂ ਕੱਟ ਕੇ ਬਣਿਆ ਸੀ ਫਰੀਦਕੋਟ ਫਾਜ਼ਿਲਖਾ ਫਿਰੋਜ਼ਪੁਰ ਤੋਂ ਬਣਿਆ ਆ ਕਿੱਥੋਂ ਬਣਿਆ ਪਲਿਆ ਮਾਨਸਾ ਆ ਕਿੱਥੋਂ ਬਣਿਆ 1995 ਚ ਵੀ ਨਹੀਂ ਬਣਿਆ ਗਲਤ ਅਨਸਰ 1972 ਚ ਬਣਿਆ ਬੁੱਤ ਬਠਿੰਡੇ ਤੋਂ ਕੱਟ ਕੇ ਬਠਿੰਡੇ ਤੋਂ ਬਣਿਆ ਫਰੀਦ ਬਠਿੰਡੇ ਤੋਂ ਬਣਿਆ 1972 ਚ ਬਣਿਆ ਹੈ ਬਠਿੰਡੇ ਤੋਂ ਕੱਟ ਕੇ ਬਠਿੰਡੇ ਤੋਂ ਕੱਟ ਕੇ ਬਣਿਆ ਬਈ ਬਠਿੰਡੇ ਤੋਂ ਕੱਟ ਕੇ ਨੋਟ ਕਰ ਲੋ ਬਠਿੰਡੇ ਤੋਂ ਕੱਟ ਕੇ ਬਣਿਆ ਤੁਹਾਡੇ ਆਨਸਰ ਬਹੁਤ ਹੀ ਸਲਾਣਾਯੋਗ ਆਨਸਰ ਨੇ ਤੁਹਾਡੇ ਤੁਹਾਡੇ ਆਨਸਰ ਨੂੰ ਸਲਾਮ ਹੈ ਜਿਉਂਦੇ ਵਾਸਤੇ ਰਹੋ ਰੱਬ ਤੁਹਾਨੂੰ ਸੋਹਣਾ ਸੋਹਣਾ ਮੁੰਡਾ ਦੇਵੇ ਚਲੋ ਬਈ ਨੈਕਸਟ ਕੁਐਸਚਨ ਹਾਂਜੀ ਅੱਗੇ ਕੀ ਆਵੇਗਾ ਅਕੋਰਡਿੰਗ ਟੂ ਦ ਸੈਂਸ ਜਹਾਂ 2011 ਦੀ ਜਨਗਣਨਾ ਫੇਰ ਆ ਗਈ ਆਪਣੇ ਕੋਲ ਇਹਨਾਂ ਕਹੇ ਵੀ ਆਪਾਂ ਅਗਰ ਰਿਲੀਜੀਅਸ ਕਮਿਊਨਿਟੀ ਦੀ ਗੱਲ ਕਰੀਏ ਰਿਲੀਜੀਅਸ ਕਮਿਊਨਿਟੀ ਦੀ ਗੱਲ ਕਰੀਏ ਤਾਂ ਕਿਹੜੀ ਮਿਨੋਰਟੀ ਦੀ ਪੋਪੂਲੇਸ਼ਨ ਜਿਹੜੀ ਹੈਗੀ ਏ ਉਹ ਸਭ ਤੋਂ ਘੱਟ ਏ ਸਭ ਤੋਂ ਘੱਟ ਕਿਹੜੀ ਮਿਨੋਰਟੀ ਕਿਹੜੀ ਮਿਨੋਰਟੀ ਦੀ ਪੋਪੂਲੇਸ਼ਨ ਸਭ ਤੋਂ ਘੱਟ ਏ ਸਭ ਤੋਂ ਘੱਟ ਕਿਹੜੀ ਮਿਨੋਰਟੀ ਦੀ ਪੋਪੂਲੇਸ਼ਨ ਬਾਈ ਮੁਸਲਮ ਪੰਜਾਬ ਚ ਘੱਟ ਨੇ 크ਰਿਸਚੀਅਨ ਘੱਟ ਨੇ ਜੈਨੀ ਘੱਟ ਨੇ ਜਾਂ ਬੁੱਧਿਜ਼ਮ ਘੱਟ ਨੇ ਕਿਹੜੇ ਘੱਟ ਨੇ ਜਲਦੀ ਜਲਦੀ ਲਾਓ 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 ਰੱਬ ਮੇਰਬ ਮੇਰ ਕਰੇ ਰੱਬ ਮੇਰ ਕਰੇ ਕਹਿੰਦੇ ਨੇ ਜੋੜੀਆਂ ਜਿਉਂਦੀਆਂ ਵਸਦੀਆਂ ਰਹਿਣ ਐਨੇ ਸੋਹਣੇ ਗੱਬਰੂ ਪੰਜਾਬ ਦੇ ਜਿਉਂਦੇ ਵਸਦੇ ਰਹਿਣ ਠੀਕ ਹੈ ਲਾਓ 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 ਵਦਿਆ 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 ਬਿਲਕੁਲ ਸਹੀ ਅਨਸਰ ਜਾ ਰਹੇ ਹੋ ਬਿਲਕੁਲ ਸਹੀ ਜਾ ਰਹੇ ਹੋ ਕਿਹੜਾ ਤੁਹਾਡਾ ਅਨਸਰ ਕਿਹੜਾ ਹੈ ਸੀ ਤੁਹਾਡਾ ਅਨਸਰ ਕੀ ਪੁੱਤ ਸੀ ਪਰ ਕਹਿੰਦੇ ਨੇ ਰਸਤੇ ਰਸਤੇ ਚ ਜਾਂਦਿਆ ਤੁਸੀਂ ਲਾਇਆ ਸੀ पेपर चैक हो बन गया डी आंसर आएगा डी बुद्धिज्म कि जीरो पॉइंट बारह प्रसेंट जैनिजम कि ने जीरो पॉइंट सोलह प्रसेंट ਕਿਹੜੇ ਵੱਧ ਹੋਏ ਤਾਂ ਕਿਹੜੇ ਘੱਟ ਹੋਏ ਬਾਈ ਬੁੱਧਿਜ਼ਮ ਜਿਹੜੇ ਨੇ ਸਭ ਤੋਂ ਘੱਟ ਨੇ ਅਗਰ ਮੈਂ ਕ੍ਰਿਸਚੀਅਨ ਦੀ ਗੱਲ ਕਰਾਂ ਤਾਂ ਕ੍ਰਿਸਚੀਅਨ ਜਿਹੜੇ ਹੈਗੇ ਨੇ ਉਹ ਅਰਾਊਂਡ ਅਰਾਊਂਡ 1.26 1.26 ਦੇ ਆਸ-ਪਾਸ ਨੇ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਅਗਰ ਮੈਂ ਮੁਸਲਮ ਦੀ ਗੱਲ ਕਰਾਂ ਤਾਂ 1.93% ਨੇ ਤਾਂ ਇਹ ਹੈਗੇ ਨੇ 1.26% ਆ ਹੈਗਾ 0.16% ਆ ਹੈਗਾ 0.12% ਚਲੋ ਇਹਨਾਂ ਦਾ ਬਣ ਜਾਂਦਾ ਹੈ ਸੀ ਤੋਂ ਬਣ ਗਿਆ ਡੀ ਹੋ ਗਿਆ ਮੇਰਾ ਗਲਤ ਤੇ ਹੋ ਗਿਆ ਤੁਹਾਡਾ ਗਲਤ ਠੀਕ ਹੈ ਬਈ ਠੀਕ ਹੈ ਨੈਕਸਟ ਕੁਐਸਚਨ ਅਗਲਾ ਕੁਐਸਚਨ ਕਹਿ ਰਿਹਾ ਹੈ ਕਿ ਕਿਹੜੀ ਤਹਿਸੀਲ ਦੇ ਵਿੱਚ ਪੰਜਾਬ ਦੀ ਕਿਹੜੀ ਤਹਿਸੀਲ ਦੇ ਵਿੱਚ ਸ਼ਹਿਰੋਂ ਵਸੋਂ ਨਹੀਂ ਹੈਗੀ ਅਰਬਨ ਵਸੋਂ ਨਹੀਂ ਹੈਗੀ ਬਈ ਆ ਅਰਬਨ ਵਸੋਂ ਨਹੀਂ ਹੈਗੀ ਅਰਬਨ ਵਸੋਂ ਨਹੀਂ ਹੈਗੀ ਹਾਂਜੀ ਹਾਂਜੀ ਤੁਸੀਂ ਬਹੁਤ ਹਾਂ ਮਨਪੀ ਬਿਲਕੁਲ ਤੁਹਾਡਾ ਸਹੀ ਸਹੀ ਆਨਸਰ ਆ ਦੱਸੋ ਵੀ ਕਿਹੜਾ ਆਵੇਗਾ ਕਿਹੜੀ ਤਹਿਸੀਲ ਦੇ ਵਿੱਚ ਸ਼ਹਿਰੀ ਵਸੋਂ ਨਹੀਂ ਹੈਗੀ ਜਲਦੀ ਜਲਦੀ ਖੰਡੂਰ ਸਾਹਿਬ ਬਿਲਕੁਲ ਸਹੀ ਬੱਚੇ ਖੰਡੂਰ ਸਾਹਿਬ ਦਾ ਜ਼ਿਲ੍ਹਾ ਕਿਹੜਾ ਹੈ ਬਈ ਕਿਸ ਡਿਸਟ੍ਰਿਕਟ ਪੈਂਦੀ ਹੈ ਜ਼ਿਲ੍ਹਾ ਦੱਸੋ ਵੀ ਕਿਹੜਾ ਆਵੇਗਾ ਜ਼ਿਲ੍ਹੇ ਦਾ ਨਾਮ ਦੱਸੋ ਕਿਹੜੇ ਜ਼ਿਲ੍ਹੇ ਖੰਡੂਰ ਸਾਹਿਬ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਖੰਡੂਰ ਸਾਹਿਬ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਬਈ ਜਲਦੀ ਜਲ ਦੱਸੋ ਸ਼ੈਸ਼ ਨੂੰ ਸ਼ੇਅਰ ਕਰ ਦਿਓ ਯਾਰ ਲਾਈਕ ਕਰ ਦਿਓ ਲਾਈਕ ਤਾਂ ਕਰ ਦਿਓ ਤਰਨ ਤਾਰਨ ਚ ਪੈਂਦਾ ਕਿੱਥੇ ਪੈਂਦਾ ਤਰਨ ਤਾਰਨ ਚ ਪੈਂਦਾ ਬਿਲਕੁਲ ਸਹੀ ਏ ਤਰਨ ਤਾਰਨ ਚ ਪੈਂਦਾ ਖੰਡੂਰ ਸਾਹਿਬ ਜਿੱਥੇ ਸ਼ਹਿਰੀ ਬਸੋਂ ਨਹੀਂ ਹੈਗੀ ਜਿੱਥੇ ਕਿ ਇਹ ਸ਼ਹਿਰੀ ਬਸੋਂ ਨਹੀਂ ਹੈਗੀ ਬਿਲਕੁਲ ਸਹੀ ਏ ਨੈਕਸਟ ਕੁਐਸਚਨ ਦੇਖੋ ਵੀ ਨੈਕਸਟ ਕੁਐਸਚਨ ਕੀ ਆਪਣੇ ਕੋਲ ਕਹਿੰਦੇ ਨੇ ਸਤਲੁਜ ਦਾ ਪਰਚੀਨ ਨਾਮ ਕਿਹੜਾ ਸੀ ਸਤਰੀ ਸੀ ਤਾਂ ਸਤਰੀ ਨਦੀ ਇੱਥੋਂ ਉਤਪਨ ਹੁੰਦੀ ਏ ਕਿੱਥੋਂ ਉਤਪਨ ਹੁੰਦੀ ਵੀ ਸਤਲੁਜ ਨਦੀ ਕਿੱਥੋਂ ਉਤਪਨ ਹੁੰਦੀ ਏ ਦਾ ਦਾ ਦਾਲ ਲੇਖਤੋਂ ਜਾਂ ਆ ਅਕੇਸ਼ ਲੇਖਤੋਂ ਜਾਂ ਵੋਕਲ ਵਲਕਰ ਲੇਖਤੋਂ ਦੱਸੋ ਬਈ ਕਿਹੜੇ ਕਿਥੋਂ ਹੁੰਦੀ ਹੈ ਬੀਐਨ ਸਰਾਏਗਾ ਬਿਲਕੁਲ ਸਹੀ ਬਿਲਕੁਲ ਸਹੀ ਬਈ ਬਿਲਕੁਲ ਸਹੀ ਚਲੋ ਵੀ ਨੈਕਸਟ ਕੁਐਸਚਨ ਸੈਸ਼ਨ ਨੂੰ ਸ਼ੇਅਰ ਕਰ ਦਿਓ ਯਾਰ ਲਾਈਕ ਤਾਂ ਕਰ ਦਿਓ ਸਾਰੇ ਬੱਚੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਈ ਲਾਈਕ ਕਰ ਦਿਓ ਸੈਸ਼ਨ ਨੂੰ ਸ਼ੇਅਰ ਕਰ ਦਿਓ ਦੱਸੋ ਭਈ ਅਗ ਹੈ ਕਾਂਜੀ 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 ਵਿਟਲੈਂਡ ਕਾਂਜੀ ਵਿਟਲੈਂਡ ਜਿਹੜੀ ਹੈ ਜੋ ਇੰਟਰਨੈਸ਼ਨਲ ਇੰਪੋਰਟੈਂਟ ਇੰਪੋਰਟੈਂਸ ਰੱਖਦੀ ਹੈ ਕਿਉਂਕਿ ਰਾਮਸਰ ਸਾਈਟ ਹੈਗੀ ਤੇ ਇਹ ਲੋਕੇਟਡ ਹੈਗੀ ਕਪੂਰਥਲਾ ਡਿਸਟ੍ਰਿਕਟ ਪੰਜਾਬ ਦੇ ਵਿੱਚ ਤਾਂ ਇਹ ਕੀ ਹੈ ਇਹ ਨੈਚੁਰਲ ਹੈ ਇਹ ਮੈਨ ਮੈਨਮੇਡ ਹੈ ਇਹ ਆਪਣੀ ਸੈਮੀ ਵਿਟਲੈਂਡ ਹੈ ਬੀ ਹਾਫ ਮੈਨਮੇਡ ਹੈ ਹਾਫ ਨੈਚੁਰਲ ਹੈ ਜਾਂ ਨਨ ਆਫ ðiਜ਼ ਹੈ ਕੀ ਆਏਗਾ ਬੱਚੇ ਦੱਸੋ ਭਈ ਕੀ ਆਵੇਗਾ ਕਾਂਜੀ ਵਿਟਲੈਂਡ ਕਾਂਜੀ ਵਿਟਲੈਂਡ ਕੀ ਬੱਚੇ ਕਾਂਜੀ ਵਿਟਲੈਂਡ ਕਿਹੜੀ ਏ ਇਹ ਆਪਣੇ ਕੋਲੇ ਗਈ ਏ ਮੈਨ ਮੇਡ ਲੈ ਕੇ ਮੈਨ ਮੇਡ ਲੈ ਕੇ ਭਈ ਮੈਨ ਮੇਡ ਲੈ ਕੇ ਠੀਕ ਏ ਤਾਂ 2002 ਚ ਨੂੰ ਗੋਸ਼ਿਤ ਕੀਤਾ ਗਿਆ ਇਸ ਤੋਂ ਜੇ ਅਗਰ ਸਾਰੇ ਬੱਚਿਆਂ ਨੇ ਕਲਾਸਾਂ ਲਾਈਆਂ ਹੋਣਗੀਆਂ ਨਾ ਪੰਜਾਬ ਜੀਕੇ ਦੀਆਂ ਤੇ ਮੈਂ ਪੰਜਾਬ ਜੀਕੇ ਦੀ ਇੱਕ ਕਲਾਸ ਚ ਕਰਵਾਇਆ ਹੋਇਆ ਤੁਹਾਨੂੰ ਵੀ ਕਿੰਨੀਆਂ ਰਾਮਸਰ ਸਾਈਟਸ ਨੇ ਪੰਜਾਬ ਦੀਆਂ ਕਿੰਨੀਆਂ ਟੋਟਲ ਨੇ ਹਨਾ ਕਿੰਨੀਆਂ ਯੂਨੈਕਸੋ ਦੇ ਅੰਦਰ ਨੇ ਸਾਰਾ ਤੁਹਾਨੂੰ ਕਰਵਾਇਆ ਹੋਇਆ ਮੈਂ ਇੱਕ ਕਲਾਸ ਦੇਖੋ ਅਗਰ ਸਾਰੇ ਬੱਚੇ ਰੈਗੂਲਰ ਕਲਾਸ ਲਾ ਰਹੇ ਨੇ ਪੰਜਾਬ ਜੀਕੇ ਦੀ ਤਾਂ ਉਹਨਾਂ ਨੂੰ ਪੱਕਾ ਇਸ ਕੁਐਸਚਨ ਇਹ ਕੁਐਸਚਨ ਮਿਲ ਗਿਆ ਹੋਵੇਗਾ ਪੱਕਾ ਹੈ ਉਸਦਾ ਆਨਸਰ ਮਿਲ ਗਿਆ ਹੋਵੇਗਾ ਅਗਰ ਕੋਈ ਬੱਚਾ ਕਲਾਸ ਲਗਾ ਰਿਹਾ ਹੈ ਬਿਲਕੁਲ ਸਹੀ ਹੈ ਟੋਟਲ 75 ਨੇ ਟੋਟਲ ਚੋ 6 ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਕੋਲ ਆ ਰਾਮਸਰ ਸਾਈਟਸ ਨੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਚਲੋ ਵੀ ਨੈਕਸਟ ਕੁਐਸਚਨ ਕਹਿੰਦੇ ਨੇ ਬਲੈਕ ਬੱਕ ਬਲੈਕਬੱਕ ਜਿੰਦਾ ਕੀ ਆਪਾਂ ਕਹਿ ਦੋ ਵੀ ਜਿੰਦਾ ਇੱਕ 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 ਸੈਂਸਟਿਫਿਕ ਨਾਮ ਸੈਂਸਟਿਫਿਕ ਨਾਮ ਕੀ ਹੈ ਐਂਟਿਲੋਪ ਐਂਟਿਲੋਪ ਇਹਦਾ ਸੈਂਸਟਿਫਿਕ ਨਾਮ ਹੈਗਾ ਐਂਟਿਲੋਪ ਐਂਟਿਲੋਪ ਇੱਕ ਜਾਨਵਰ ਹੈਗਾ ਜਿਹੜਾ ਹੈਗਾ ਪੰਜਾਬ ਰਾਜ ਦਾ ਜਾਨਵਰ ਹੈ ਜਿਹੜਾ ਕਿੱਥੇ ਪਾਇਆ ਜਾਂਦਾ ਹੈ ਬਲੈਕਬੱਕ ਕਿੱਥੇ ਪਾਇਆ ਜਾਂਦਾ ਬਈ ਬਲੈਕਬੱਕ ਕਿੱਥੇ ਪਾਇਆ ਜਾਂਦਾ ਕਹਿੰਦੇ ਹਬੋਰ ਪਾਇਆ ਜਾਂਦਾ ਹੈ ਹਬੋਰ ਨੂੰ ਕੈਲੀਫੋਰਨੀਆ ਬਣਾਤਾ ਸ਼ਿਮਲਾ ਵੀ ਬਣਾਤਾ ਹੁਣ ਤੁਸੀਂ ਇੱਥੇ ਬਲੈਕਬੱਕ ਵੀ ਪੈਦਾ ਕਰੋਗੇ ਵਾਹ ਬਈ ਵਾਹ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ तरक्या बख्शे बिल्कुल सही है डीएन सरावेगा डीएन सरावेगा बिल्कुल सही है हाँ चलो चलो भाई चलो नैक्सट क्वेश्चन केड़ी डिस्ट्रिक्ट हरीके पत्तन विटलैंड हैगी हरीके पत्तन विटलैंड के डिस्ट्रिक्ट जल्दी दसो भाई ਹਰੀਕੇ ਪੱਤਨ ਵਿਟਲੈਂਡ ਕਿਹੜੀ ਡਿਸਟ੍ਰਿਕਟ ਚ ਹੈ ਬਈ ਜਲਦੀ ਜਲਦੀ ਦੱਸੋ ਸ਼ੇਅਰ ਨੂੰ ਸ਼ੇਅਰ ਕਰ ਦਿਓ ਐਂਡ ਲਾਈਕ ਕਰ ਦਿਓ ਪੁੱਤ ਮੇਰੇ ਠੀਕ ਹੈ ਹਰੀਕੇ ਪੱਤਨ ਵਿਟਲੈਂਡ ਕਿਹੜੀ ਡਿਸਟ੍ਰਿਕਟ ਚ ਹੈ ਤਰਨਤਾਰਨ ਡਿਸਟ੍ਰਿਕਟ ਚ ਹੈ ਕਈ ਮੇਰੇ ਵਰਗੇ ਉਥੇ ਫਿਰੋਜ਼ਪੁਰ ਆ ਜੇ ਕਹਿੰਦੇ ਫਿਰੋਜ਼ਪੁਰ ਦੇ ਕੋਲ ਹੀ ਪੈ ਜਾਂਦੀ ਜਦੋਂ ਫਿਰੋਜ਼ਪੁਰ ਲਾ ਦੋ ਪਰ ਫਿਰੋਜ਼ਪੁਰ ਨਹੀਂ ਲਾਉਣਾ ਤੁਸੀਂ ਲਾਉਣਾ ਤਰਨਤਾਰਨ ਲਾਉਣਾ ਤੁਸੀਂ ਕੀ ਲਾਉਣਾ ਹੈ ਤਰਨਤਾਰ ਲਾਉਣਾ ਪੁੱਤ ਮੇਰੇ ਤਰਨਤਾਰ ਨਿਸ ਦਾ ਰਾਈਟ ਆਨਸਰ ਬਿਲਕੁਲ ਸਹੀ ਆਵੇਗਾ ਤਰਨਤਾਰ ਨ ਆਵੇਗਾ ਠੀਕ ਹੈ ਸ਼ੈਸ਼ਨ ਨੂੰ ਬਈ ਸ਼ੇਅਰ ਕਰ ਦਿਓ ਯਾਰ ਸ਼ੇਅਰ ਕਰ ਦਿਓ ਆਪਣੇ ਹੋਰ ਫਰੈਂਡਸ ਤੱਕ ਸ਼ੇਅਰ ਕਰ ਦਿਓ ਅਗਲੇ ਅਗਲੇ ਅੱਗੇ ਕੀ ਆਪਣੇ ਕੋਲ ਇੱਕ ਕਥਲੂਰ ਕਥਲੂਰ ਜਿਹੜਾ ਹੈਗਾ ਕੁਸ਼ਾਲੀਨ ਕਥਰੂ ਕਥਲੂਰ ਕੁਸ਼ਾਲੀਨ ਵਿਟਲੈਂਡ ਹੈਗੀ ਏ ਠੀਕ ਹੈ ਉਹ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਕਥਲੂਰ ਜਿਹੜੀ ਹੈਗੀ ਏ ਕੁ ਕੁਲਾਸ਼ ਵਿਟਲੈਂਡ ਹੈਗੀ ਉਹ ਕਿਹੜੇ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਦੱਸੋ ਬਈ ਪਠਾਨਕੋਟ ਪਠਾਨਕੋਟ ਤੇ ਆ ਗਏ ਤੁਸੀਂ ਅੱਜ ਕਹਿੰਦੇ ਅਸੀਂ ਪਠਾਨਕੋਟ ਜਾਣਾ ਹੈ ਸਰ ਅਸੀਂ ਪੰਜਾਬ ਚ ਰਹਿਣਾ ਨਹੀਂ ਪੰਜਾਬ ਪਾਕਿਸਤਾਨ ਦੇ ਬਾਰਡਰ ਤੇ ਚਲੇ ਜਾਣਾ ਕਹਿੰਦੇ ਹਮ ਤੋ ਨਹੀਂ ਰਹੇਗੇ ਯਹਾਂ ਪਰ ਠੀਕ ਹੈ ਔਖੇ ਹੋ ਗਏ ਤੁਸੀਂ ਪੰਜਾਬ ਤੋਂ ਹਾਂ ਚਲੋ ਪਠਾਨਕੋਟ ਐਸਐਸ ਬੋਰਡ ਦਾ ਦਫਤਰ ਬਣਾ ਬਣਾ ਦਿੱ ਗਏ ਪਠਾਨਕੋਟ ਚਲੋ ਅਬ ਨੈਕਸਟ ਕੁਐਸਚਨ ਪੰਜਾਬ ਜਿਹੜਾ ਪੁਨਰਗਠਨ ਰਿਕੋਨਾਈਜ਼ ਰੀਓਰਗੇਨਾਈਜ਼ੇਸ਼ਨ ਜਿਹੜਾ ਐਕਟ ਬਣਿਆ ਸੀਗਾ 1966 ਵਿੱਚ ਜਦੋਂ ਪੰਜਾਬ ਤੇ ਹਰਿਆਣਾ ਵੰਡੇ ਗਏ ਹਨ ਤਾਂ ਇਹ ਇੱਕ ਲੈਂਗੁਏਜ ਦੇ ਬੇਸ ਤੇ ਹੈਗਾ ਸੀ ਤਾਂ ਕਿੰਨੇ ਰეკਮੈਂਡੇਸ਼ਨ ਕਿੰਨੇ ਦਿੱਤੀ ਸੀ ਰეკਮੈਂਡੇਸ਼ਨ ਕਿੰਨੇ ਦੱਸੀ ਸੀ ਬੱਚਾ ਦੱਸਾ ਉਹ ਰეკਮੈਂਡੇਸ਼ਨ ਉਹ ਤੀਰ ਵੀ ਉੱਥੇ ਲੱਗਾ ਵਾਹ ਜੀ ਵਾ ਕਹਿੰਦੇ ਤੁੱਕਾ ਕਾਮਯਾਬ ਹੋ ਗਿਆ ਤੀਰ ਵੀ ਕਹਿੰਦੇ ਨੇ ਇੱਥੇ ਲੱਗਾ ਜਾ ਕੇ ਤੀਰ ਵੀ ਇੱਥੇ ਲੱਗਾ ਕਿੱਥੇ ਲੱਗਾ ਸ਼ਾ ਕਮਿਸ਼ਨ ਤੇ ਸ਼ਾਕ ਮਿਸ਼ਨ ਤੇ تیر ਲੱਗਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਬਈ ਬਿਲਕੁਲ ਸਹੀ تیر ਬਿਲਕੁਲ ਕਿੱਥੇ ਲੱਗਾ ਸ਼ਾਕ ਮਿਸ਼ਨ ਤੇ ਲੱਗਾ ਇਸ ਦਾ ਰਾਈਟ ਆਨਸਰ ਬਿਲਕੁਲ ਸਹੀ ਹੈ ਪੰਜਾਬ ਜਿੱਕੇ ਪੂਰੀ ਰਿਵਾਈਜ਼ ਤਾਂ ਹੋ ਰਹੀ ਏ ਤੁਹਾਡੀ ਹੈ ਨਾ ਕਿੰਨੀ ਹੋ ਰਹੀ ਪਾਖੜਾ ਡੈਮ ਕਿਹੜੀ ਨਦੀ ਤੇ ਸਟੇਟਿਡ ਏ ਬੱਚਾ ਪਾਖੜਾ ਡੈਮ ਕਿਹੜੀ ਨਦੀ ਤੇ ਸਟੇਟਿਡ ਏ ਜਲਦੀ ਜਲਦੀ ਦੱਸੋ ਮੈਨੂੰ ਆਨਸਰ ਪਾਖੜਾ ਡੈਮ ਦਾ ਪਾਖੜਾ ਡੈਮ ਕਿਹੜੀ ਨਦੀ ਤੇ ਸਟੇਟਿਡ ਏ ਗੁੱਡ ਈਵਨਿੰਗ ਬੇਟਾ ਗੁੱਡ ਈਵਨਿੰਗ ਜਦੋਂ ਤੁਸੀਂ ਆਉਂਦੇ ਹੋ ਉਦੋਂ ਅੱਧਾ ਮੇਲਾ ਲੁੱਟ ਚੁੱਕਿਆ ਹੁੰਦਾ ਹੈ 17ਵ दसो भी क्या होगा भाखड़ा डैम भाखड़ा डैम जोड़ा है सतलुज के उपर है रावी के उपर ब्यास के उपर है, है कि किसी उपर नहीं है भाखड़ा डैम रावी आ या गया यार धारीवाल साहब ਦੇਖ ਲੋ ਯਾਰ ਜਲਦੀ ਦੱਸੋ ਕੀ ਆਵੇਗਾ ਕਿਉਂ ਆਈ ਦੇ ਗਲਤ ਅਨਸਰ ਕਿਉਂ ਕਰ ਰਹੇ ਹੋ ਭਾਈ ਜੱਤੋ ਵੀ ਦੱਸੋ 7ਵਾਂ ਦਾ ਕੀ ਆਏਗਾ ਬੱਚੇ 17ਵਾਂ ਦਵ ਕੀ ਹੈ ਸਤਲੁਜ ਰਿਵਰੀ ਆਵੇਗਾ ਕੀ ਆਵੇਗਾ ਸਤਲੁਜ ਰਿਵਰੀ ਆਵੇਗਾ ਬੱਚੇ ਸਤਲੁਜ ਹੀ ਆਊਗਾ ਬਿਲਕੁਲ ਸਹੀ ਬੋਤ ਸਤਲੁਜ ਹੀ ਆਵੇਗਾ ਤੁਸੀਂ ਸਮਝਦਾਰ ਇਨਸਾਨ ਆਪਣੇ ਨਾਲ ਉਹ ਕਿਉਂ ਗਲਤ ਹੋਵੇਗਾ ਆਪਣਾ ਨੈਕਸਟ ਕੁਐਸਚਨ ਕੀ ਹੈ ਹਾਊ ਮਨੀ ਟਾਈਮਸ ਡਾਕਟਰ ਗੋਪੀ ਚੰਦ ਭਾਰਗਵ ਡਾਕਟਰ ਗੋਪੀ ਚੰਦ ਭਾਰਗਵ ਜੀ ਪੰਜਾਬ ਦੇ ਕਿੰਨੀ ਵਾਰ ਸੀਐਮ ਬਣੇ ਡਾਕਟਰ ਗੋਪੀ ਚੰਦ ਭਾਰਗਵ ਪੰਜਾਬ ਦੇ ਕਿੰਨੀ ਵਾਰ ਸੀਐਮ ਬਣੇ ਬਈ ਦੱਸੋ ਕਿੰਨੀ ਵਾਰ ਸੀਐਮ ਬਣੇ ਸੀ ਕਿੰਨੀ ਵਾਰ ਸੀਐਮ ਬਣੇ ਸੀ ਪੰਜਾਬ ਦੇ ਜਲਦੀ ਜਲਦੀ ਭਾਰਗਵ ਜੀ ਕਿੰਨੀ ਵਾਰ ਸੀਐਮ ਬਣੇ ਸੀ ਕੋਈ ਕਹਿੰਦਾ ਦੋ ਵਾਰ ਹੀ ਬਣੇ ਕੋਈ ਕਹਿੰਦਾ ਤਿੰਨ ਵਾਰੀ ਬਣੇ ਪਰ ਮੈਨੂੰ ਲੱਗਦਾ ਵੀ ਪਤਾ ਨਹੀਂ ਦੋ ਵਾਰੀ ਬਣੇਗੇ ਤਿੰਨ ਵਾਰੀ ਬਣੇ ਚਲ ਤੁਹਾਡਾ ਆਨਸਰ ਦੇਖਨੇ ਆ ਫਿਰ ਦੇਖਨੇ ਆ ਕਿ ਕਿੰਨਾ ਆਨਸਰ ਆਵੇਗਾ ਪਹਿਲਾਂ ਦਾ 1947 ਜ ਬਣੇ ਸਹੀ ਏ ਫਿਰ ਕਦੋਂ ਬਣੇ ਦੇਖੋ ਕਦੋਂ ਬਣੇ ਦੱਸੋ ਵੀ ਕਦੋਂ ਬਣੇ ਕੋਈ ਕਹਿੰਦਾ 1947 ਜ ਬਣੇ ਸਰ ਕਦੋਂ ਬਣੇ 1947 ਜ ਬਣੇ 49 ਤੱਕ ਰਹਿ ਫਿਰ ਕਹਿੰਦੇ ਵੀ 49 ਬਣੇ 51 ਤੱਕ ਰਹਿ ਫਿਰ ਕਹਿੰਦੇ ਜੂਨ ਮਹੀਨੇ ਚ ਗਰਮੀਆਂ ਦੀਆਂ ਚ ਬਣੇ ਸੀ 1964 ਚ 1964 ਚ ਗਰਮੀਆਂ ਜੀਆਂ ਚ ਬਣੇ ਸੀ ਹਨਾ ਤੇ ਕਹਿੰਦੇ ਵੀ ਜੁਲਾਈ ਚ हट ਕੇ ਇੱਕ ਕੇਅਰ ਟੇਕਰ ਤੌਰ ਤੇ ਬਣੇ ਸੀ ਇੱਕ ਕੇਅਰ ਟੇਕਰ ਤੌਰ ਤੇ ਬਣੇ ਸੀਗੇ 1964 ਚ ਬਣੇ ਹਨਾ ਤਾਂ ਤਿੰਨ ਵਾਰੀ ਕਿੰਨੀ ਵਾਰੀ ਹੋ ਗਿਆ ਦੋ ਤੇ ਤਿੰਨ ਤਿੰਨ ਵਾਰੀ ਹੋ ਗਿਆ ਬਈ ਤਿੰਨ ਵਾਰੀ ਹੋ ਗਿਆ ਤਿੰਨ ਵਾਰੀ ਬਣੇ ਚਲੋ ਵੀ ਹਾਂ ਸਕੰਦਰ ਬੈਚ ਲੈ ਸਕਦੇ ਹੋ 올 ਪੰਜਾਬ ਜੋਬਸ ਦਾ ਬੈਚ ਹੈ ਇੱਕ ਫੈਂਟਾਸਟਿਕ ਬੈਚ ਆਪਣਾ ਜਿੰਦੇ ਵਿੱਚ ਹਰ ਚੀਜ਼ ਹੈਗੀ ਹੈ ਬੱਚੇ ਤੇ ਡੇਲੀ ਦੀਆਂ ਕਲਾਸਾਂ ਲੱਗ ਰਹੀਆਂ ਨੇ ਠੀਕ ਹੈ ਨੈਕਸਟ ਕੁਐਸਚਨ ਦੱਸੋ ਬਈ

ਨਾਤਪਾ ਨਾਤਪਾ ਜਿਹੜੀ ਹੈਗੀ ਐ ਜਹਾ ਜਹਾ ਕਿਜਾਤ ਵਿੱਚ ਹਾਈਡਰੋ ਪਾਵਰ ਪ੍ਰੋਜੈਕਟ ਹੈਗਾ ਜਿਹੜਾ ਕਿ ਅਰਾਊਂਡ 1500 ਮੈਗਾਵਾਟ 1500 ਮੈਗਾਵਾਟ ਜਿਹੜੀ ਹੈਗੀ ਉਹ ਬਿਜਲੀ ਪੈਦਾ ਕਰਦਾ ਪਿਆ ਬਹੁਤ ਵਧੀਆ ਪ੍ਰੋਜੈਕਟ ਹੈਗਾ ਤਾਂ ਕਿਹੜੀ ਨਦੀ ਦੇ ਉੱਪਰ ਹੈ ਕਿਹੜੀ ਨਦੀ ਦੇ ਉੱਪਰ ਹੈ ਬਈ ਦੱਸੋ ਬਈ ਜਲਦੀ ਜਲਦੀ 18ਵਾਂ ਕੁਐਸਚਨ 19ਵਾਂ ਕੁਐਸਚਨ ਦਾ ਦੱਸੋ ਬਈ ਕੁਝ ਬੱਚੇ ਕਹਿ ਰਹੇ ਨੇ ਸਰ ਸਤਲੁਜ ਆਵੇਗਾ ਕੀ ਆਵੇਗਾ ਸਤਲੁਜ ਜਾਵੇਗਾ ਤੇ ਸਤਲੁਜ ਤੁਹਾਡਾ ਜਿਹੜਾ ਹੈਗਾ ਉਹ ਬਿਲਕੁਲ ਸਹੀ ਆਨਸਰ ਹੈ ਬਿਲਕੁਲ ਰਾਈਟ ਆਨਸਰ ਹੈ ਸਤਲੁਜ ਹੀ ਆਵੇਗਾ ਬੱਚੇ ਸਤਲੁਜ ਰਾਈਟ ਆਨਸਰ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਬਾਈ ਦੱਸੋ ਵੀ ਕਿਹੜਾ ਆਵੇਗਾ ਬਿਆਸ ਤੇ ਸਤਲੁਜ ਬਿਆਸ ਤੇ ਸਤਲੁਜ ਜਿੱਥੇ ਇਕੱਠੀਆਂ ਹੁੰਦੀਆਂ ਨੇ ਬਿਆਸ ਤੇ ਸਤਲੁਜ ਇਕੱਠੀਆਂ ਹੁੰਦੀਆਂ ਨੇ ਉਹ ਕਿੱਥੇ ਕਿਹੜੀ ਜਗ੍ਹਾ ਹੈ ਦ ਬਿਆਸ ਤੇ ਸਤਲੁਜ ਕਹਿੰਦੇ ਨੇ ਬਿਆਸ ਤੇ ਸਤਲੁਜ ਆਪਸ ਵਿੱਚ ਇੱਕ ਸੰਗਮ ਬਣਾਉਂਦੀਆਂ ਨੇ ਜਿੱਥੇ ਪਾਣੀ ਵਾਲੀਆਂ ਬੱਸਾਂ ਚੱਲੀਆਂ ਸੀ ਆਉਂਗੀ ਤੈਰਦੀ ਹੋਈ ਕੀ ਆਉਂਗੀ ਤੈਰਦੀ ਹੋਈ ਵੇ ਫਲ ਨਹੀਂ ਅੱਗੋਂ ਮੈਨੂੰ ਕੀ ਆਵੇਗਾ ਹਰੀਕੇ ਪਤ ਤਣਾ ਬਿਲਕੁਲ ਸਹੀ ਹੈ ਹਰੀ ਕੇ ਪੱਤਨ ਆਵੇਗਾ ਬਿਲਕੁਲ ਸਹੀ ਹੈ ਹਰੀ ਕੇ ਪੱਤਨ ਇਸ ਦਾ ਰਾਈਟ ਆਨਸਰ ਚਲੋ ਭਾਈ ਚਲੋ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਦੇ ਉੱਪਰ ਆਣੇ ਆ ਚਲੋ ਹਾਂਜੀ ਹਾਂਜੀ ਸੁਖਵੀਰ ਬਾਦਲ ਵਾਲੀ ਬਿਲਕੁਲ ਸਹੀ ਸੁਖਵੀਰ ਬਾਦਲ ਵਾਲੀ ਹੈਗੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਚਲੋ ਭਾਈ ਨੈਕਸਟ ਕੁਐਸਚਨ ਆਵੇਗਾ ਤੁਹਾਡੇ ਸਾਹਮਣੇ ਬੱਚੇ ਹਯੂਰ ਸਾਹਿਬ ਦੇ ਉੱਪਰ ਕੁਐਸਚਨ ਹੈ ਆਪਣਾ ਹਯੂਰ ਸਾਹਿਬ ਬਹੁਤ ਹੀ ਪਵਿੱਤਰ ਜਗ੍ਹਾ ਆਪਣੀ ਸਿੱਖ ਧਰਮ ਦੀ ਇੱਕ ਤੀਰਥ ਸਥਾਨ ਹੈ ਹਯੂਰ ਸਾਹਿਬ ਬੋਸ ਲੋਕੀ ਮਾਨਤਾ ਨਾਲ ਜਾਂਦੇ ਨੇ ਹਨਾ ਤਾਂ ਇੱਕ ਸਿੱਖ ਧਰਮ ਦੀ ਇੱਕ ਤੀਰਥ ਜਗਾ ਪਵਿੱਤਰ ਜਗਾ ਕਿਹੜੀ ਨਦੀ ਦੇ ਉੱਪਰ ਸਥਿਤ ਹੈ ਇਹਨਾਂ ਚੋਂ ਕਿਹੜੀ ਨਦੀ ਦੇ ਉੱਪਰ ਸਥਿਤ ਹੈ ਬੱਚੇ ਕ੍ਰਿਸ਼ਨਾ ਕਵੇਰੀ ਗੁਦਾਵਰੀ ਜਿਆ ਮਹਾਂ ਨਦੀ ਦੱਸੋ ਵੀ ਕਿਹੜੀ ਨਦੀ ਦੇ ਉੱਪਰ ਸਥਿਤ ਹੈ ਜਲਦ ਜਲਦੀ 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 ਸੈਸ਼ਨ ਨੂੰ ਸ਼ੇਅਰ ਕਰ ਦਿਓ ਬਈ ਲਾਈਕ ਕਰ ਦਿਓ ਕ੍ਰਿਸ਼ਨਾ ਰਿਵਰ ਕਿਹੜੀ ਨਦੀ ਕ੍ਰਿਸ਼ਨਾ ਰਿਵਰ ਉੱਪਰ ਹੈਗੀ ਹੈ ਹੈ ਆਪਣਾ ਹਯੂਰ ਸਾਹਿਬ ਪਵਿੱਤਰ ਜਗਾ ਜਿਹੜੀ ਹੈਗੀ ਹੈ ਉਹ ਕਿਹੜੀ ਉੱਪਰ ਹੈ ਗੁਦਾਵਰੀ ਕਿਹੜੀ ਜਗਾ ਤੇ ਆ ਗੁਦਾਵਰੀ ਗੁਦਾਵਰੀ ਆਊਗਾ ਸਰ ਬਿਲਕੁਲ ਸਹੀ ਗੁਦਾਵਰੀ ਆਊਗਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀਗਾ ਚਲੋ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਇਸ ਦਾ ਰਾਈਟ ਆਨਸਰ ਕੀ ਆਵੇਗਾ ਗੁਦਾਵਰੀ ਹੀ ਆਏਗਾ ਆਪਣੇ ਕੋਲ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਬੱਚੇ ਕਿਹੜਾ ਆਪਣੇ ਕੋਲ ਹੈਗਾ ਤਾਂ ਹੁਣ ਕਹਿੰਦੇ ਨੇ ਐਕਸੀਲੈਂਸ ਆਫ ਪੋਟੈਟੋ ਪਟਾਟ ਪਟਿਪ ਟੈਟੋ ਦਾ ਇੱਕ ਇੱਕ ਆਲੂਆਂ ਦਾ ਇੱਕ ਸੈਂਟਰ ਸੈਟਅਪ ਕੀਤਾ ਹੋਇਆ ਪੰਜਾਬ ਦੀ ਕਿਹੜੀ ਜਗ੍ਹਾ ਤੇ ਸੈਟਅਪ ਕੀਤਾ ਹੈ ਆਲੂਵਾਂ ਦਾ ਸੈਂਟਰ ਪੰਜਾਬ ਦੀ ਕਿਹੜੀ ਜਗ੍ਹਾ ਤੇ ਸੈਟਅਪ ਕੀਤਾ ਹੈ ਦੱਸੋ ਬਈ ਕੀ ਆਵੇਗਾ ਆਲੂ ਆਲੂ ਹੋ ਗਈ ਹੈ ਨਾ ਆਲੂ ਵਿਚਾਰਾ ਹਰ ਸਬਜ਼ੀ ਚ ਪੈਂਦਾ ਆਲੂ ਆਲੂ ਦੀ ਕੋਈ ਇੱਜ਼ਤ ਨਹੀਂ ਕਰਦਾ ਆਲੂ ਚੱਕ ਕੇ ਜਿੱਦਣ ਕੋਈ ਘਰੇ ਸਬਜ਼ੀ ਨਾ ਹੋਵੇ ਚੱਕਾ ਲੋ ਆਲੂ ਬਣਾ ਲੋ ਬਈ ਤਰੀਆਲੇ ਆਲੂ ਬਣਾ ਲੋ ਉਦਨ ਚੱਕ ਕੇ ਤਰੀ ਵਾਲੇ ਆਲੂ ਬਣ ਜਾਂਦੇ ਨੇ ਹਨਾ ਦੱਸੋ ਬਈ ਕੀ ਆਵੇਗਾ ਦੱਸੋ ਬਈ ਕੀ ਆਵੇਗਾ ਜਲੰਧਰ ਬਿਲਕੁਲ ਸਹੀ ਪਟਾਟੋ 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 ਹਾਂਜੀ ਗ੍ਰੀਕ ਨੇਮ ਆਫ ਦਾ ਰੀਵਰ ਜੇਲਮ ਜੇਲਮ ਨਦੀ ਦਾ ਯੂਨਾਨੀ ਨੇਮ ਯੂਨਾਨੀ ਨੇਮ ਕੀ ਹੋਵੇਗਾ ਰੀਵਰ ਦਾ ਕੋਈ ਗੱਲ ਨਹੀਂ ਬੇਟਾ ਜਾ ਸਕਦੇ ਹੋ ਤੁਸੀਂ ਜੇਲਮ ਨਦੀ ਦਾ ਯੂਨਾਨੀ ਨਾਮ 23 ਦਾ ਕਿਹੜਾ ਹੋਵੇਗਾ ਏ ਅਨਸਰ ਆਏਗਾ ਬਿਲਕੁਲ ਸਹੀ ਕਿਹੜਾ ਹੋਵੇਗਾ ਏ ਅਨਸਰ ਆਏਗਾ ਬਿਲਕੁਲ ਸਹੀ ਬੱਚੇ ਨੈਕਸਟ ਕੁਐਸਚਨ ਕਾਂ ਕਾਂਜਲੀ ਕਾਂਜਲੀ ਵਿਟਲੇ ਨੇ ਕਾਂਜੀ ਵਿਟਲੇ ਨੇ ਹੁੰਦੇ ਕਾਂਜਲੀ ਵਿਟਲੇ ਪੰਜਾਬ ਦੇ ਕਿਹੜੇ ਜ਼ਿਲ੍ਹੇ ਚ ਹੈਗੀ ਬਾਈ ਦੱਸੋ ਬਈ ਕਿਹੜੇ ਜ਼ਿਲ੍ਹੇ ਚ ਹੁੰਨੇ ਹੁਣੇ ਆਪਾਂ ਕੀਤਾ 24 ਦਾ ਕੀ ਹੋਵੇਗਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਕਿਹੜਾ ਹੋਵੇਗਾ ਕਪੂਰਥਲਾ ਆਵੇਗਾ ਬਿਲਕੁਲ ਸਹੀ ਬਾਈ ਕਪੂਰਥਲਾ ਇਸ ਦਾ ਰਾਈਟ ਆਨਸਰ ਠੀਕ ਹੈ ਕੀ ਆਵੇਗਾ ਕਪੂਰਥਲਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਬਾਈ ਆ ਆਪਣਾ ਇੱਕ ਸਟੇਟ ਬਰਡ ਹੈਗਾ ਸਟੇਟ ਬਰਡ ਜਿਸ ਨੂੰ ਆਪਾਂ ਪਿਆਰ ਨਾਲ ਇੱਕ ਗੋਸ਼ਾਕ ਨਾਮ ਦਾ ਵਰਡ ਯੂਜ਼ ਕਰਦੇ ਆ ਬਾਜ ਨੂੰ ਬੋਲਦੇ ਆ ਬਾਜ ਔਨਲਾਈਨਾਂ ਨੇ ਯੂਲੋਜੀਕਲ ਯੂਲੋਜੀਕਲ ਨੇਮ ਪੁੱਛਿਆ ਕੀ ਹੈ ਯੂਲੋਜੀਕਲ ਨੇਮ ਪੁੱਛਿਆ ਵੀ ਕੀ ਆਵੇਗਾ ਦੱਸੋ ਵੀ ਕੀ ਆਵੇਗਾ ਜਲਦੀ ਜਲਦੀ ਐਸਪੀਟਰ ਬਿਲਕੁਲ ਸਹੀ ਐਸਪੀਟਰ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਦੱਸੋ ਜੀ ਹੂ ਵਾਸ ਅਪਾਇੰਟਡ ਦਾ ਪ੍ਰੈਜ਼ੀਡੈਂਟ ਆਫ ਦਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਇਨ ਪੰਜਾਬ ਪੰਜਾਬ ਦਾ ਇੱਕ ਬੋਰਡ ਆਫ ਡਾਇਰੈਕਟਰ ਹੈਗਾ ਸੀਗਾ ਜਿਨ ਜੋ ਕਿ ਇੱਕ ਐਡਮਿਨਿਸਟ੍ਰੇਸ਼ਨ ਵਿੱਚ ਯੂਜ਼ ਐਡਮਿਨਿਸਟ੍ਰੇਸ਼ਨ ਜਿਨਾਂ ਕੋਲ ਹੈਗੀ ਸੀਗੀ ਹੈਨਰੀ ਲਾਰੈਂਸ ਸੀਗੇ ਜਦੋਂ ਪੰਜਾਬ ਅੰਗਰੇਜ਼ਾਂ ਦੇ ਹੱਥ ਚ ਆਇਆ ਕਹਿੰਦਾ ਮਤਲਬ ਸੈਕੰਡ ਐਂਗਲੋ ਸਿੱਖਵਾਰ ਦੇ ਖਾਤਮੇ ਤੋਂ ਬਾਅਦ ਸੈਕੰਡ ਆਫਟਰ ਸੈਕੰਡ ਐਂਗਲੋ ਸਿੱਖਵਾਰ ਤੋਂ ਟਾਈਮ ਇਹਨਾਂ ਨੇ ਇਹਨਾਂ ਨੇ ਪੰਜਾਬ ਨੂੰ ਆਪਦੇ ਹੱਥ ਕੀ ਲੈ ਲਿਆ ਸੀਗਾ ਠੀਕ ਹੈ ਗੱਲ ਹੈਗੀ ਹੈ 1849 ਦੀ ਉਦੋਂ ਕੌਣ ਸੀ ਸਰ ਹੈਂਡਰੀ ਲਾਰੈਂਸ ਬਿਲਕੁਲ ਸਹੀ ਹੈ ਸਰ ਲਾ ਹੈਂਡਰੀ ਲਾਰੈਂਸ ਸੀਗੇ ਠੀਕ ਹੈ ਚਲੋ ਵੀ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਡਿਸਟ੍ਰਿਕਟ ਆਫ ਪੰਜਾਬ ਪੰਜਾਬ ਦਾ ਡਿਸਟ੍ਰਿਕਟ ਨਹੀਂ ਹੈਗਾ ਬਾਈ ਜਲਦੀ ਦੱਸੋ ਕਿਹੜਾ ਪੰਜਾਬ ਦਾ ਡਿਸਟ੍ਰਿਕਟ ਨਹੀਂ ਹੈਗਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੱਚੇ ਕਿਹੜਾ ਹੋਵੇਗਾ ਜਿਹੜਾ ਪੰਜਾਬ ਦਾ ਡਿਸਟ੍ਰਿਕਟ ਨਹੀਂ ਹੈਗਾ ਬੰਦਾ ਬੰਦਾ ਰਹਿ ਗਿਆ ਕਹਿੰਦੇ ਨੇ ਬਾਦਲਾਂ ਦਾ ਚਲ ਗਿਆ ਰਾਜ ਝਖੜ ਰਹਿ ਗਏ ਐਵੇਂ ਹਣਾ ਬਾਦਲਾਂ ਦਾ ਚੱਲ ਗਿਆ ਰਾਜ ਜਾਖੜ ਰਹਿ ਗਏ ਐਵੇਂ ਤੇ ਫਬੋਰ ਨਹੀਂ ਬਣਿਆ ਜ਼ਿਲ੍ਹਾ ਬਿਲਕੁਲ ਸਹੀ ਬੱਚੇ ਬਿਲਕੁਲ ਸਹੀ ਆਵੇਗਾ ਬਿਲਕੁਲ ਸਹੀ ਆਵੇਗਾ ਸ਼ੈਸ਼ ਨੂੰ ਸ਼ੇਅਰ ਕਰ ਦਿਓ ਯਾਰ ਲਾਈਕ ਕਰ ਦਿਓ ਲਾਈਕ ਤਾਂ ਕਰ ਦਿਓ ਸਾਰੇ ਬੱਚੇ ਲਵਪ੍ਰੀਤ ਕਹਿ ਰਿਹਾ ਮੇਰੀ ਸਿਟੀ ਮੇਰਾ ਸ਼ਹਿਰ ਹਣਾ ਜਿਹੜੀ ਪੱਟੀ ਸੜਕ ਉਹ ਨਹੀਂ ਪੂਰੀ ਹੋਈ ਮੇਰਾ ਸ਼ਹਿਰ ਚਲੋ ਨੈਕਸਟ ਕੁਐਸਚਨ ਦੱਸੋ ਵੀ ਫੀਮੈਲਸ ਦੇ ਅਕੋਰਡਿੰਗ ਜਿਹੜੀ ਹੈਗੀ ਫੀਮੈਲਸ ਨੰਬਰ ਆਫ ਫੀਮੈਲਸ ਪਰ 1000 ਮੇਲ ਪਰ 1000 ਮੇਲ ਮੀਨਸ ਕਿਹੜਾ ਆਨਸਰ ਆਵੇਗਾ ਹਜ਼ਾਰ ਦੇ ਪਿੱਛੇ ਕਿੰਨੀਆਂ ਔਰਤਾਂ ਨੇ ਇਸ ਆਪਸ਼ਨ ਇਸ ਆਪਸ਼ਨ ਦੇ ਅਕੋਰਡਿੰਗ ਕਿੰਨੀਆਂ ਆਵੇਗਾ ਇਸ ਆਪਸ਼ਨ ਦੇ ਅਕੋਰਡਿੰਗ ਪੰਜਾਬ ਦੀਆਂ ਪੁੱਛੀਆਂ ਨੇ ਉਹਨਾਂ ਨੇ ਪੰਜਾਬ ਦੀਆਂ 933 ਨਹੀਂ 943 ਨਹੀਂ ਕਿਉਂ ਇੰਡੀਆ ਦੀਆਂ ਨੇ 28 ਦਾ 943 ਕੀ ਹੈ ਫਿਰ ਬੱਚੇ 943 ਨਹੀਂ ਯਾਰ ਕੁੜੀਆਂ ਕੁੜੀਆਂ ਦੇ ਪ੍ਰਤੀ ਅਮੀਰ ਕੁੜੀਆਂ ਹਜ਼ਾਰ ਮੁੰਡਿਆਂ ਪ੍ਰਤੀ ਕੁੜੀਆਂ ਕਿੰਨੀਆਂ ਨੇ ਪੰਜਾਬ ਦੀ ਗੱਲ ਹੋ ਰਹੀ ਏ ਪੰਜਾਬ ਦੀ ਆਨਸਰ ਤੁਹਾਡੇ ਅਨਸਰ ਚ ਗੜਬੜ ਲੱਗ ਰਹੀ ਹੈ ਬਾਈ ਕੁਐਸਚਨ ਦੁਆਰਾ ਅਨਸਰ ਆਪਦਾ ਗੂਗਲ ਤੇ ਚੈੱਕ ਕਰ ਲਓ ਜਾਓ ਚੈੱਕ ਕਰੋ ਵੀ ਇੱਕ ਨਾ ਅਨਸਰ ਪਤਾ ਨਹੀਂ ਮੈਨੂੰ ਕਿਉਂ 943 ਅਨਸਰ ਲੱਗ ਰਿਹਾ ਹੈ ਮੈਨੂੰ ਕਿਉਂ 943 ਅੰਸਰ ਲੱਗ ਰਿਹਾ ਠੀਕ ਹੈ ਤੁਸੀਂ ਚੈੱਕ ਕਰ ਲੋ ਵੀ ਚੈੱਕ ਕਰ ਲੋ ਆਪਣਾ ਪਤਾ ਨਹੀਂ ਮੈਨੂੰ ਕਿਉਂ 943 ਅੰਸਰ ਲੱਗ ਰਿਹਾ ਚਲੋ ਕੋਈ ਗੱਲ ਨਹੀਂ ਰਾਜੇ ਕੋਈ ਗੱਲ ਨਹੀਂ ਧਾਲੀਵਾਲ ਸਾਹਿਬ ਕਹਿ ਰਹੇ ਡੀ ਆਵੇਗਾ ਚਲੋ ਕੋਈ ਗੱਲ ਨਹੀਂ ਤੁਸੀਂ ਦੇਖੋ ਮੜਾ ਦੇ ਲਾਉ ਸਾਹਿਬ ਕਿਤਾਬ ਚਲੋ ਚੈੱਕ ਕਰ ਲੈਣਾ 1000 ਆ ਆਪਣੇ ਪੰਜਾਬ ਦੀ ਗੱਲ ਹੋ ਰਹੀ ਹੈ ਨਾ ਚੈੱਕ ਕਰ ਰਹਾ ਨਾ ਪੰਜਾਬ ਦੀ ਗੱਲ ਹੋ ਰਹੀ ਹੈ ਠੀਕ ਹੈ ਚਲੋ ਵੀ ਨੈਕਸਟ ਕੁਐਸਚਨ ਚੱਕ ਨਾਨਕੀ ਚੱਕ ਨਾਨਕੀ ਗੁਰੂ ਤੇਗ ਬਹਾਦਰ ਜੀ ਨੇ ਫਾਊਂਡ ਕੀਤਾ ਸੀਗਾ ਉਹ ਲੇਟਰ ਬਿਕ ਇੱਕ ਫੇਮਸ ਬਣ ਗਏ ਸੀਗੇ ਠੀਕ ਹੈ ਚੱਕ ਨਾਨਕੀ ਦੱਸੋ ਭਾਈ ਚੱਕ ਨਾਨਕੀ ਕਿ ਕਿਹੜੀ ਜਗ੍ਹਾ ਹੈ ਚੱਕ ਨਾਨਕੀ ਕਿਹੜੀ ਜਗ੍ਹਾ ਹੈ ਦੱਸੋ ਭਾਈ 105 ਛੜੇ ਬੰਦੇ ਚਲੋ 105 ਛੜੇ ਬੰਦੇ ਚਲੋ ਕੋਈ ਗੱਲ ਨਹੀਂ ਛੜਿਆਂ ਦਾ ਵੀ ਵਾਰੀ ਵਾਰਸ ਹੁੰਦਾ ਹੈ ਛੜੇ ਜਿਹੜੇ 105 ਨੇ ਉਹਨਾਂ ਦੇ ਨਾਲੋਂ ਜ਼ਿਆਦਾ ਬਾਹਰ ਜਾਈ ਜਾਂਦੇ ਨੇ ਆਪਣੇ ਤਾਂ ਕੁੜੀਆਂ ਵਾਧ ਹੀ ਜਾਣੀਆਂ ਨੇ ਉਹ ਉਹਨਾਂ ਨਾਲੋਂ ਜ਼ਿਆਦਾ ਬਾਹਰ ਜਾਈ ਜਾਂਦੇ ਨੇ ਹਨਾ ਉਹਨਾਂ ਦੇ ਨਾਲ ਜ਼ਿਆਦਾ ਮੁੰਡੇ ਮੁੰਡੇ ਕੁੜੀਆਂ ਬਾਹਰ ਹੀ ਜਾਈ ਜਾਂਦੇ ਨੇ ਰੇਸ਼ੋ ਬਹੁਤ ਘਟ ਜਾਨੀਏ ਰੇਸ਼ੋ ਬਈ ਬਹੁਤ ਘਟ ਜਾਨੀਏ ਆਰਾਮ ਨਾਲ ਜਿਹੜਾ ਹੈਗਾ ਸਾਰਿਆਂ ਦੇ ਵਿਆਹ ਹੋ ਜਣੇ ਨੇ ਟੈਨਸ਼ਨ ਨਾ ਲਿਆ ਕਰੋ ਤੁਸੀਂ ਤੁਸੀਂ ਆਪਣੀ ਸੋਚੋ ਗਵਾਂਡੀਆਂ ਦੀ ਨਾ ਸੋਚੋ ਆਪਣੀ ਰੋਟੀ ਪੱਕਦੀ ਕਰੋ ਬਈ ਆਪਣੀ ਰੋਟੀ ਪੱਕਦੀ ਕਰੋ ਐਵੇਂ ਗਵਾਂਡੀਆਂ ਦੇ ਚੱਕਰ 'ਚ ਲੋਕਾਂ ਦੇ ਚੱਕਰ 'ਚ ਆਪ ਨਾਲ ਛੜੇ ਰਹਿ ਜਾਂਦੇ ਆ ਕੋਈ ਗੱਲ ਨਹੀਂ ਲਵਪ੍ਰੀਤ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਚੈੱਕ ਕਰ ਲੈਣਾ ਮੈਂ ਮੈਂ ਖੁਦ ਮੈਨੂੰ ਅਨਸਰਚ ਕਨਫਿਊਜ਼ਨ ਸੀ ਮੈਂ ਤਾਂ ਤੁਹਾਨੂੰ ਕਹਤਾ ਵੀ ਖੁਦ ਚੈੱਕ ਕਰ ਲਓ ਐਵੇਂ ਮੈਂ ਕਹਦਾ ਨਹੀਂ ਨਹੀਂ 943 43 ਤੁਹਾਡਾ ਵੀ ਮੈਂ ਗਲਤ ਕਰਵਾ ਦਾਂ ਠੀਕ ਹੈ ਤਾਂ ਇਹ 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 ਜਿਹੜਾ ਹੈਗਾ ਇਹ ਆਪਾਂ ਐਵੇਂ ਨਹੀਂ ਕਰਦੇ ਬੱਚੇ 29 29 ਨੰਬਰ ਦਾ ਕੀ ਆਵੇਗਾ 29 ਨੰਬਰ ਦਾ ਏ ਆਵੇਗਾ ਬੱਚੇ ਏ ਆਵੇਗਾ ਗੁਰੂ ਜਿਹੜਾ ਹੈਗਾ ਅਨੰਦਪੁਰ ਸਾਹਿਬ ਆਵੇਗਾ ਨੈਕਸਟ ਕੁਐਸਚਨ ਬੱਚੇ ਕਿਹੜਾ ਹੈਗਾ ਹੇਟ ਲਿਖਿਆ ਵਿੱਚੋਂ ਮੋਸਟ ਇੱਕ ਹੈਗਾ ਫਲੱਡ ਵਿੱਚ ਫਲੱਡ ਹੜਾ ਜਿਹੜਾ ਹੈਗਾ ਹੜ ਆਉਂਦੇ ਨੇ ਹੜ ਆਉਂਦੇ ਨੇ ਕਿਹੜਾ ਹੋਵੇਗਾ ਬੱਚੇ ਹੜਾਂ ਵਾਲਾ ਕਿਹੜਾ ਹੋਵੇਗਾ ਜਿੱਥੇ ਜ਼ਿਆਦਾ ਹੜ ਆਉਂਦੇ ਨੇ ਚਲੋ ਕੋਈ ਗੱਲ ਨਹੀਂ ਰਾਜੇ ਪੰਜਾਬ ਪੰਜਾਬ ਵੀ ਚੈੱਕ ਕੀਤਾ ਨਾ ਕਿੰਡਿਆ ਚੈੱਕ ਕਰ ਲਿਆ ਹੋਰ ਅਬ ਚਲੋ ਵੀ ਦੱਸੋ ਵੀ ਦੱਸੋ ਜਲਦੀ ਜਲਦੀ ਕੱਲ ਨੂੰ ਪੰਜਾਬ ਜੀ ਕੇ ਦੀ ਕਲਾਸ ਨਹੀਂ ਹੈਗੀ ਬੱਚੇ ਕੱਲ ਨੂੰ ਨਾ ਪੰਜਾਬੀ ਦੀ ਕਲਾਸ ਹੈਗੀ ਪੰਜਾਬੀ ਦੀ ਕਲਾਸ ਕੱਲ ਨੂੰ ਨਹੀਂ ਹੈਗੀ ਨਾ ਹੀ ਪੰਜਾਬ ਜੀ ਕੇ ਦੀ ਕਲਾਸ ਹੈਗੀ ਬੱਚੇ ਇਹ ਪੰਜਾਬ ਜੀ ਕੇ ਦੀ ਕਲਾਸ ਵੀ ਨਹੀਂ ਹੈਗੀ ਪਟਿਆਲਾ ਬਿਲਕੁਲ ਸਹੀ ਹੈ ਪੰਜਾਬ ਟਾਈਮ ਬੁਕਸ ਤੋਂ ਚਲੋ ਆ ਦੱਸੋ ਦਾ ਹਿਸਟੋਰੀਕ ਖਦਰਾਨੇ ਦੀ ਟਾਬ ਖਦਰਾਨੇ ਦੀ ਟਾਬਕ ਨੂੰ ਕਿਹਾ ਜਾਂਦਾ ਬੱਚੇ ਖਦਰਾਨੇ ਦੀ ਟਾਈਪ ਕਿਹਨੂੰ ਕਿਹਾ ਜਾਂਦਾ ਹੈ ਇੰਗਲਿਸ਼ ਕੰਪਿਊਟਰ ਦੀ ਬੱਚੇ ਮੈਡਮ ਦੇ ਨਾ ਮਾਸੀ ਜੀ ਦੀ ਡੈਥ ਹੋ ਗਈ ਤਾਂ ਉਹ ਮੇਬੀ ਕੱਲ ਅਗਰ ਆਏ ਤਾਂ ਮੋ ਮੁਕਲਾਸ ਲੱਗੇਗੀ ਅਦਰਵਾਈਜ਼ ਕੱਲ ਛੁੱਟੀ ਤੇ ਹੋਏ ਤਾਂ ਕੱਲ ਕਲਾਸ ਨਹੀਂ ਲੱਗਣੀ ਉਹਨਾਂ ਦੀ ਵੀ ਪਰਸਨ ਲੱਗੇਗੀ ਠੀਕ ਹੈ 40 ਮੁਕਤੇ ਬਿਲਕੁਲ ਸਹੀ ਏ 1700 ਪੰਜ ਈਸਵੀ ਮੁਕਸਰ ਸਾਹਿਬ ਚਲੋ ਭਾਈ ਦੱਸੋ ਵੀ ਨੈਕਸਟ ਹੈਗਾ ਬਲੈਕਬੱਕ ਜਿਹੜਾ ਆਪਣਾ ਇੱਕ ਸਟੇਟ ਐਨੀਮਲ ਹੈਗਾ ਤਾਂ ਉਹਦਾ ਇੱਕ ਸੈਂਸਟਿਫਿਕ ਨਾਮ ਦੱਸੋ ਵੀ ਕਿਹੜਾ ਹੋਵੇਗਾ पिछे पिछे करवा के आए थानू पिछे पिछे करवा के आए जस्ट होने करवाया तहूँ कह आएगा बच्चे एंटीलोप एंटीलोप आएगा बिल्कुल बिल्कुल सही है नैक्सट क्वेश्चन राजस्थान कनाल राजस्थान कनाल इतना निकलती है जल्दी दसो भी राजस्थान कनाल ਕਿਸ ਬਿੰਦੂ ਤੋਂ ਨਿਕਲਦੀ ਹੈ ਰਾਜਸਥਾਨ ਕਨਾਲ ਕਿੱਥੇ ਕਹਿੰਦੇ ਨੇ ਜਿੱਥੇ ਪਾਣੀ ਵਾਲੀਆਂ ਬੱਸਾਂ ਚੱਲੀਆਂ ਸੀਗੀਆਂ ਜਿੱਥੇ ਪਾਣੀ ਵਾਲੀ ਬੱਸਿਆਂ ਬੱਸਾਂ ਚੱਲੀਆਂ ਸੀ ਉਦੋਂ ਕਹਿੰਦੇ ਰਾਜਸਥਾਨ ਨੂੰ ਵੀ ਬੱਸ ਤੋੜ ਦੇਣੀ ਸੀ ਇੱਕ ਉਹਦਾ ਸਰਕਾਰ ਨਹੀਂ ਆਈ ਨਹੀਂ ਤਾਂ ਉਹਨਾਂ ਨੇ ਪਾਕਿਸਤਾਨ ਨੂੰ ਬੱਸ ਤੋੜ ਦੇਣੀ ਸੀ ਇੱਕ ਚਲੋ ਕੋਈ ਗੱਲ ਨਹੀਂ ਸਰਕਾਰ ਆਵੇਗੀ ਅਕਾਲੀ ਦਲ ਦੀ ਫਿਰ ਜਰੂਰ ਇਸ ਦੇ ਮੁੱਦੇ ਤੇ ਗੱਲ ਹੋਵੇਗੀ ਦੱਸੋ ਭਾਈ ਕਿਹੜੀ ਆਵੇਗੀ ਰਾਜਸਥਾਨ ਵਾਲੀ ਆਵੇਗੀ ਕਿਹੜੀ ਆਵੇਗੀ ਹਰੀ ਕੀ ਆਵੇਗਾ ਬਿਲਕੁਲ ਸਹੀ ਹੈ ਤਾਲੀਵਾਲ ਸਾਹਿਬ ਖੁਸ਼ ਹੋ ਗਏ ਮੈਨੂੰ ਪੱਕੇ ਕਾਲੀ ਲੱਗਦੇ ਨੇ ਲਿਖਣਗੇ ਪ੍ਰੋ ਟੂ ਵੀ ਕਾਲੀ ਨੈਕਸਟ ਕੁਐਸਚਨ ਬਈ ਦਾ ਵਰਡ ਪੰਜਾਬ ਪੰਜਾਬ ਵਰਡ ਹੈਗਾ ਉਹ ਕਿਸ ਲੈਂਗੁਏਜ ਤੋਂ ਓਰੀਜਿਨੇਟ ਹੋਇਆ ਹੈ ਪੰਜਾਬ ਵਰਡ ਕਿਸ ਓਰੀ ਲੈਂਗੁਏਜ ਤੋਂ ਓਰੀਜਿਨੇਟ ਹੋਇਆ ਬੱਚੇ ਪੰਜਾਬ ਵਰਡ ਪੰਜਾਬ ਕਿਉਂਕਿ ਪੰਜਾਬ ਵਰਡ ਕਿ ਪੰਜ ਪ ਯੂ ਐਨ ਜੇ ਆਡੇਗਾ ਇਹਦਾ ਮਨ ਕਰੇ ਮਤਲਬ ਹੈਗਾ ਪੰਜ ਤੇ ਏ ਬੀ ਦਾ ਮਤਲਬ ਹੈਗਾ ਵਾਟਰ ਏ ਬੀ ਦਾ ਕੀ ਵਰਡਰ ਮਤਲਬ ਹੈਗਾ ਵਾਟਰ ਜੇ ਆਪਣਾ ਸਤਲੁਜ ਜੇਲਮ ਚਨਾਬ ਰਾਵੀ ਤੇ ਬਿਆਸ ਇਹ ਪੰਜ ਦਰਿਆ ਇਹਨਾਂ ਆਪਣੇ ਤਾਂ ਕਿਹੜਾ ਆਵੇਗਾ ਪਰਸ਼ੀਅਨ ਪਰਸ਼ੀਅਨ ਵਰਡ ਆਵੇਗਾ ਪਰਸ਼ੀਅਨ ਬਿਲਕੁਲ ਸਹੀ ਬੱਚੇ ਪਰਸ਼ੀਅਨ ਵਰਡ ਹੀ ਆਵੇਗਾ ਨੈਕਸਟ ਕੁਐਸਚਨ ਐਂਡ ਆਈ ਦਾ ਲਾਸਟ ਕੁਐਸਚਨ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਨੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਕਿੰਨੇ ਨੇ ਬਈ ਜਲਦੀ ਦੱਸੋ ਗੁਰੂ ਨਾਨਕ ਦੇਵ ਜੀ ਸ਼ਬਦ ਸ਼ਬਦ ਤੁਹਾਨੂੰ ਆਉਣੇ ਚਾਹੀਦੇ ਨੇ ਬੱਚੇ ਇੱਕ ਸ਼ਬਦ ਆਉਣੇ ਚਾਹੀਦੇ ਨੇ 978 ਦੂਸਰੇ ਗੁਰੂ ਦੇ ਕਿੰਨੇ ਸ਼ਬਦ ਸੀ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਸੀ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਕਿੰਨੇ ਸੀ ਰੋਜ਼ੀ ਰਾਣੀ ਦੱਸਤਾ ਜਾ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਕਿੰਨੇ ਸੀ 62 ਠੀਕ ਹੈ ਚਲੋ ਭਾਈ ਦੇਨ 907 ਕਿੰਨੇ ਸੀ ਗੁਰੂ ਅਮਰਦਾਸ ਤੇ ਇਹ ਗੁਰੂ ਰਾਮਦਾਸ ਦੇ ਕਿੰਨੇ ਸੀ 679 679 ਗੁਰ ਅਰਜਨ ਦੇਵ ਜੀ ਦੇ 2218 ਗੁਰੂ ਤੇਗ ਬਹਾਦਰ ਦੇ 116 ਬਾਬਾ ਫਰੀਦ ਜੀ ਦੇ 112 ਇਹ ਜਿਹਾ ਨੋਟ ਕਰ ਲਓ ਮੋਸਟ ਇੰਪੋਰਟੈਂਟ ਕੁਐਸਚਨ ਨੇ ਬੱਚਿਆ ਤੇ ਆਪਣਾ ਆਲ ਪੰਜਾਬ ਪੁਲਿਸ ਦਾ ਬੈਚ ਚੱਲ ਰਿਹਾ ਬੱਚੇ ਪਰਚੇਸ ਕਰ ਸਕਦੇ ਹੋ ਤੁਸੀਂ ਠੀਕੇ ਐਂਡ ਥੈਂਕ ਯੂ ਫॉर ਵਾਚਿੰਗ 9 ਵਜੇ ਆਪਣੀ ਪੰਜਾਬ ਜੀਕੇ ਦੀ ਕਲਾਸ ਸੌਰੀ ਆਪਣੀ ਮੈਥ ਦੀ ਕਲਾਸ ਹੋਵੇਗੀ 9 ਵਜੇ 9 pm ਤੇ ਆਪਣੀ ਮੈਥ ਦੀ ਕਲਾਸ ਹੋਵੇਗੀ ਬੱਚੇ ਨੋਟ ਕਰ ਲੈਣਾ ਮੈਥ ਦੀ ਕਲਾਸ ਹੈਗੀ ਏ ਕਿਸ ਦੀ ਕਲਾਸ ਹੈਗੀ ਏ ਮੈਥ ਦੀ ਕਲਾਸ ਹੈਗੀ ਏ 9 ਵਜੇ ਨੋਟ ਕਰ ਲੋ ਸਹੀ 9 ਵਜੇ ਤੁਸੀਂ ਇਸ ਚੈਨਲ ਤੇ ਪਹੁੰਚ ਜਾਣਾ ਪੰਜਾਬੀ ਪੰਜਾਬ एग्जाम ਲਈ ਮੈਥ ਦੀ ਕਲਾਸ ਲੱਗੇਗੀ ਭਾਈ ਠੀਕ ਹੈ ਥੈਂਕ ਯੂ ਬਾਏ ਬਾਏ ਕੱਲ ਆਪਣੀ ਕਲਾਸ ਨਹੀਂ ਹੈ ਪਰਸੋਂ ਲੱਗਣੀਆਂ ਸ਼ਨੀਵਾਰ ਨੂੰ ਕੱਲ ਕਲਾਸ ਨਹੀਂ ਹੈਗੀ ਬੱਚੇ ਆਪਣਾ ਪੰਜਾਬੀ ਦੀ ਨਾਲ ਪੰਜਾਬ ਜੀਕੇ ਦੀ ਨੋਟ ਕਰ ਲੈਣਾ ਬੱਚੇ ਠੀਕ ਹੈ ਥੈਂਕ ਯੂ ਬਾਏ ਬਾਏ